ਪੁਰਸ਼ਾਂ ਦਾ ਜੀਵਨ ਲਿਖਿਆ ਸਾਧੂ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਤੋਂ ਵੱਡੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਬਾਬਾ ਬਿਸ਼ਨ ਸਿੰਘ ਜੀ ਤੋਂ ਵੱਡੇ ਸੰਤ ਬਾਬਾ ਹਮੀਰ ਸਿੰਘ ਜੀ ਨਿਹੰਗ ਸਿੰਘ ਮੁਰਾਲੇ ਵਾਲੇ। ਮਹਾਂਪੁਰਸ਼ ਬਾਬਾ ਹਮੀਰ ਸਿੰਘ ਜੀ ਨੇ ਇਸ ਨਗਰ ਦੇ ਵਿੱਚ ਸਥਾਨ ਕਾਇਮ ਕੀਤਾ ਸੀ। ਮੁਰਾਲੇ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ, ਬੰਗਲਾ ਬਣਾਇਆ ਔਰ ਉੱਥੇ ਵਿੱਦਿਆ ਪੜ੍ਹਾਈ। ਜਦੋਂ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਸ਼ਾਂ ਨੇ ਅੰਮ੍ਰਿਤ ਛਕਿਆ ਸੀ ਅਕਾਲ ਤਖ਼ਤ ਸਾਹਿਬ 'ਤੇ, ਉਹਨਾਂ ਪੰਜਾਂ ਪਿਆਰਿਆਂ ਵਿੱਚ ਵੀ ਬਾਬਾ ਹਮੀਰ ਸਿੰਘ ਜੀ, ਨਿਹੰਗ ਸਿੰਘ, ਪੰਡਿਤ ਤਾਰਾ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਸ਼ ਸ਼ਾਮਲ ਹੋਏ ਅਤੇ ਅੰਮ੍ਰਿਤ ਦੀ ਦਾਤ ਦੇ ਕੇ ਬਿਸ਼ਨ ਸਿੰਘ ਜੀ ਨੂੰ ਤਿਆਰ ਪਰ ਤਿਆਰ ਕੀਤਾ ਅਤੇ ਫਿਰ ਵਿੱਦਿਆ ਪੜ੍ਹ ਕੇ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਹੀ ਸੇਵਾ ਸੰਭਾਲ ਕੀਤੀ। ਬਹੁਤ ਸਾਰੇ ਵਿਦਿਆਰਥੀਆਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਵਾਰਾਂ, ਭਾਈ ਗੁਰਦਾਸ ਜੀ ਦੇ ਪਵਿੱਤ ਸਵਈਏ, ਭਾਈ ਨੰਦ ਲਾਲ ਜੀ ਦੀ ਬਾਣੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਨਾਨਕ ਪ੍ਰਕਾਸ਼ ਵਗੈਰਾ ਗ੍ਰੰਥਾਂ ਦੀ ਜਿਹੜੀ ਸੰਥਿਆ ਸੀ ਉਹ ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ ਦਇਆ ਕਰਦੇ ਸਨ। ਇਹ ਜਿਹੜੇ ਮਹਾਂਪੁਰਸ਼ ਹਨ, ਬਾਬਾ ਪ੍ਰੇਮ ਸਿੰਘ ਜੀ, ਇਹ 13 ਸਾਲ ਦੀ ਉਮਰ ਵਿੱਚ ਜੀ ਉਹਨਾਂ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਏ। ਉਹਨਾਂ ਮਹਾਂਪੁਰਸ਼ਾਂ ਕੋਲੋਂ ਹੀ ਕੀਰਤਨ ਅਤੇ ਕਥਾ ਦੀ ਦਾਤ ਲੈ ਕੇ ਸਾਰੇ ਵਿਸ਼ਵ ਦੇ ਅੰਦਰ ਅੱਜ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਪਿਛਲੇ ਹਫ਼ਤੇ ਦਾਸ ਰਿਚਮੈਂਡ ਹਿੱਲ ਸੀ, ਉੱਥੇ ਵੀ ਮਨਾਇਆ। ਉੱਥੇ 2-3 ਗੁਰਦੁਆਰੇ ਸਾਹਿਬਾਂ ਦੇ ਵਿੱਚ ਬਾਬਾ ਜੀ ਦੀ ਯਾਦ ਤਾਜ਼ਾ ਕੀਤੀ। ਸੰਗਤਾਂ ਬੜੇ ਵੱਡੇ ਪ੍ਰੋਗਰਾਮ ਨਿਊਯਾਰਕ, ਨਿਊਜਰਸੀ ਵਿੱਚ ਮਨਾਏ ਗਏ। ਜਿੱਥੇ ਜਿੱਥੇ ਵੀ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਬੈਠੀਆਂ ਹਨ, ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਦੀਆਂ ਪੁਰਾਣੇ ਸਮੇਂ ਵਿੱਚ ਪਰਿਵਾਰਾਂ ਦਾ ਸੰਬੰਧ ਰਿਹਾ ਹੈ, ਸੰਗਤ ਕੀਤੀ ਹੈ, ਜਿਨ੍ਹਾਂ ਨੂੰ ਗੁਰੂ ਦੇ ਨਾਲ ਚਰਨਾਂ ਨਾਲ ਬਾਬਾ ਪ੍ਰੇਮ ਸਿੰਘ ਜੀ ਨੇ ਜੋੜਿਆ ਹੈ, ਅੱਜ ਵੀ ਸੰਗਤਾਂ ਜੁੜੀਆਂ ਹੋਈਆਂ। ਕਿਉਂਕਿ ਸਾਧੂ ਜਿਹੜੇ ਨੇ ਪਰਉਪਕਾਰੀ ਹੁੰਦੇ ਨੇ, ਸਭ ਤੋਂ ਵੱਡਾ ਪਰਉਪਕਾਰ ਹੁੰਦਾ ਗੁਰੂ ਨਾਲ ਜੋੜਨ ਦਾ, ਆਪਣੇ ਨਾਲ ਜੋੜ ਲੈਣਾ, ਆਪਣੀ ਪੂਜਾ ਕਰਾਉਣੀ, ਆਪਣੇ ਚਰਨਾਂ 'ਤੇ ਮੱਥਾ ਟਿਕਾਉਣਾ, ਇਹ ਤਾਂ ਸਾਰੇ ਕਰ ਲੈਂਦੇ ਹੈ। ਪਰ ਗੁਰੂ ਕੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਗੁਰਬਾਣੀ ਨਾਲ ਜੋੜਨਾ, ਗੁਰੂ ਇਤਿਹਾਸ ਨਾਲ ਜੋੜਨਾ, ਗੁਰੂ ਦੇ ਵਿਰਸੇ ਨਾਲ ਜੋੜਨਾ, ਇਹ ਸਾਧੂਆਂ ਮਹਾਂਪੁਰਸ਼ਾਂ ਜਿਹੜੇ ਦਰਗਾਹ ਤੋਂ ਹੀ ਬਖਸ਼ੇ ਹੁੰਦੇ ਉਹਨਾਂ ਦੇ ਹਿੱਸੇ ਆਉਂਦਾ। ਸੋ ਬਾਬਾ ਜੀ, ਬਾਬਾ ਪ੍ਰੇਮ ਸਿੰਘ ਜੀ ਮਹਾਂਪੁਰਸ਼ਾਂ ਨੇ ਜਿੱਥੇ ਆਪਣੇ ਉਸਤਾਦ ਮਹਾਂਪੁਰਸ਼ ਸੰਤ ਬਾਬਾ ਬਿਸ਼ਨ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਹੈ, ਉੱਥੇ ਆਪ ਨੇ ਧਾਰੀ ਖਾਲਸੇ ਦੇ ਵਿੱਚ ਸ਼ਾਮਲ ਹੋ ਕੇ ਬੇਅੰਤ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਅਤੇ ਗੁਰੂ ਨਾਲ ਜੋੜਿਆ ਅਤੇ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਈ। ਫਿਰ ਨਾਲ ਨਾਲ ਰਾਜਨੀਤੀ ਵਿੱਚ ਵੀ, ਕਿਉਂਕਿ ਰਾਜ ਬਿਨਾਂ ਦਾ ਧਰਮ ਚੱਲੇ ਹੀ, ਰਾਜ ਤੋਂ ਬਿਨਾਂ ਵੀ ਧਰਮ ਦਾ ਪ੍ਰਚਾਰ ਨਹੀਂ ਹੁੰਦਾ। ਐਸਾ ਸਮਾਂ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਐਸੇ ਨਾਸਤਕ ਲੋਕ ਵੜ ਗਏ ਜਿਹੜੇ ਗੁਰੂ ਘਰ ਦੀ ਮਰਿਆਦਾ ਬਦਲਣ ਲੱਗ ਪਏ। ਜੋ ਪੁਰਾਤਨ ਮਰਿਆਦਾ ਸੀ ਤਖ਼ਤਾਂ ਦੀ, ਸ੍ਰੀ ਹਰਿਮੰਦਰ ਸਾਹਿਬ ਦੀ, ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਇੱਕ ਮਰਿਆਦਾ ਇਹ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਸਵੇਰੇ ਹਰਿਮੰਦਰ ਸਾਹਿਬ ਆਉਂਦਾ। ਆਪਾਂ ਰੋਜ਼ TV 'ਤੇ ਦੇਖਦੇ ਹਾਂ, ਪਾਲਕੀ ਵਿੱਚ ਹਰਿਮੰਦਰ ਸਾਹਿਬ ਮਹਾਰਾਜ ਜਾਂਦੇ ਨੇ, ਸ਼ਾਮ ਨੂੰ ਹਰਿਮੰਦਰ ਸਾਹਿਬ ਤੋਂ ਵਾਪਸ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਅਕਾਲ ਤਖ਼ਤ ਸਾਹਿਬ ਅਤੇ ਕੋਠਾ ਸਾਹਿਬ ਆਉਂਦਾ। ਦੋਵੇਂ ਪਾਸੇ ਚੌਲ ਬਰਦਾਰ ਚੌਲ ਕਰਦੇ ਨੇ, ਕਹਿੰਦੇ ਉਹਨਾਂ ਨਾਸਤਕ ਬੰਦਿਆਂ ਨੇ ਆ ਕੇ ਚੌਲ ਬੰਦ ਕਰਵਾ ਦਿੱਤਾ। ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜਦੋਂ ਪ੍ਰਕਾਸ਼ ਹੋਵੇ ਉਦੋਂ ਚੌਲ ਹੋਣਾ ਚਾਹੀਦਾ। ਜਦੋਂ ਗੁਰੂ ਗ੍ਰੰਥ ਸਾਹਿਬ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਰਹੇ ਨੇ, ਚੌਲ ਕਰਨ ਦੀ ਕੀ ਲੋੜ ਹੈ?
ਇਹੋ ਜਿਹਾ ਝੂਠ ਦਾ ਪ੍ਰਚਾਰ ਕਰਕੇ ਉਹਨਾਂ ਨਾਸਤਿਕ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਤ ਬਾਬਾ ਅਮੀਰ ਸਿੰਘ ਜੀ ਸਤੋ ਵਾਲੀ ਗਲੀ ਵਾਲੇ ਜੋ ਸ੍ਰੀ ਅੰਮ੍ਰਿਤਸਰ ਵਿੱਚ ਵਿੱਦਿਆ ਦੀ ਟਕਸਾਲ ਚਲਾਉਂਦੇ ਸਨ, ਸਿੰਘਾਂ ਨੂੰ ਵਿੱਦਿਆ ਪੜ੍ਹਾਉਂਦੇ ਸਨ, ਸੰਤ ਅਮੀਰ ਸਿੰਘ ਜੀ ਰੋਜ਼ ਸਵੇਰੇ 3 ਵਜੇ ਦਰਬਾਰ ਸਾਹਿਬ ਹਾਜ਼ਰ ਹੁੰਦੇ ਸਨ। ਪਾਲਕੀ ਸਾਹਿਬ ਦੇ ਨਾਲ ਉਹਨਾਂ ਨੇ ਜਾਣਾ ਦਰਸ਼ਨ ਕਰਨੇ, ਆਉਂਦਿਆਂ ਵੀ ਜਾਂਦਿਆਂ ਵੀ ਦੋ ਟਾਈਮ ਉਹਨਾਂ ਨੇ ਦਰਸ਼ਨ ਕਰਨੇ ਤੇ ਖੜਿਆਂ ਨੇ ਜਦੋਂ ਇਹ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਚੌਲ ਨਹੀਂ ਹੁੰਦਾ ਤੇ ਅੱਖਾਂ ਵਿੱਚੋਂ ਹੰਝੂ ਵਗਦੇ ਰਹਿਣੇ, ਰੋਂਦੇ ਰਹਿਣਾ, ਕਹਿਣਾ ਹੈ ਗੁਰੂ ਰਾਮਦਾਸ ਤੁਹਾਡੇ ਸੀਸ ਤੇ ਚੌਲ ਨਹੀਂ ਹੋ ਰਿਹਾ। ਕਿਉਂਕਿ ਸੰਗਤਾਂ ਦੀ ਇਹ ਭਾਵਨਾ ਹੈ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਰਹੇ, ਗੁਰੂ ਰਾਮਦਾਸ ਪਾਤਸ਼ਾਹ ਜਾ ਰਹੇ, ਹਰਿਮੰਦਰ ਸਾਹਿਬ ਇੱਦਾਂ ਦੀ ਭਾਵਨਾ, ਕਿਉਂਕਿ ਗੁਰੂ ਦਸੇ ਪਾਤਸ਼ਾਹੀਆਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ। ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਤੇ ਦਸੇ ਪਾਤਸ਼ਾਹੀਆਂ ਵਿੱਚ ਹੀ ਤੇ ਭਾਵਨਾ ਨਾਲ ਸੰਤਾਂ ਨੇ ਬੈਰਾਗ ਕਰਨਾ, ਕਹਿਣਾ ਗੁਰੂ ਰਾਮਦਾਸ ਮਹਾਰਾਜ ਦੇ ਸਿਰ ਤੇ ਚੌਲ ਨਹੀਂ ਹੋਏ। 2 ਸਾਲ ਲੰਘ ਗਏ, 2 ਸਾਲ ਪਿੱਛੋਂ ਮਹਾਂਪੁਰਸ਼ਾਂ ਨੇ ਜਦੋਂ ਸੰਗਤ ਨੂੰ ਪ੍ਰੇਮੀਆਂ ਨੂੰ ਗੱਲ ਕੀਤੀ, ਵਿਚਾਰ ਬਣੀ ਵੀ ਇਹ ਕਮੇਟੀ ਤਾਂ ਹੁਣ ਸਾਨੂੰ ਏਦਾਂ ਟਿਕਣ ਨਹੀਂ ਦੇਗੀ, ਪੰਥ ਦੀ ਸਾਰੀ ਮਰਿਆਦਾ ਬਦਲ ਦੇਗੀ, ਸਾਧੂ ਸੰਤ ਮਹਾਤਮਾ ਦਾ ਮਨ ਦੁਖੀ ਹੋਏਗਾ। ਤਾਂ ਫਿਰ ਬਾਬਾ ਅਮੀਰ ਸਿੰਘ ਜੀ ਨੇ ਪ੍ਰੇਰਣਾ ਦਿੱਤੀ, ਸੰਤ ਬਾਬਾ ਪ੍ਰੇਮ ਸਿੰਘ ਜੀ ਬੁਰਾੜੇ ਵਾਲੇ, ਜਿਹਨਾਂ ਦੀ ਆਪਾਂ ਯਾਦ ਮਨਾ ਰਹੇ। ਬਾਬਾ ਪ੍ਰੇਮ ਸਿੰਘ ਜੀ ਇਲੈਕਸ਼ਨ ਲੜ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਜਦੋਂ ਕਮੇਟੀ ਦੇ ਵਿੱਚ ਆ ਗਏ ਫਿਰ ਉਹ ਜਿਹੜੀ ਉਹਨਾਂ ਨੇ ਮਰਿਆਦਾ ਬੰਦ ਕੀਤੀ ਸੀ ਨਾ ਚੌਲ ਦੀ, ਇਹਨਾਂ ਮਹਾਂਪੁਰਸ਼ਾਂ ਨੇ ਦੁਬਾਰਾ ਸ਼ੁਰੂ ਕੀਤੀ। ਥਾਂ ਥਾਂ ਤੇ ਸੰਗਤ ਨੂੰ ਦੱਸਿਆ ਵੀ ਭਾਈ ਗੁਰੂ ਕੀ ਮਰਿਆਦਾ ਜੋ ਪੁਰਾਤਨ ਚੱਲੀ ਆ ਰਹੀ ਹੈ ਉਹਨੂੰ ਬਦਲੋ ਨਾ, ਉਹਦੇ ਵਿੱਚ ਸਦੋਂ ਵਾਧਾ ਕਰੋ, ਪਿਛਲੀ ਮਰਿਆਦਾ ਬੰਦ ਕਰੋਗੇ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣਗੀਆਂ। ਸੋ ਇਹੋ ਜਿਹੇ ਮਹਾਂਪੁਰਸ਼ਾਂ ਦੀ ਆਪਾਂ ਯਾਦ ਮਨਾ ਰਹੇ ਹਾਂ, ਕੱਲ੍ਹ ਨੂੰ ਵੀ ਉਹਨਾਂ ਬਾਰੇ ਜੋ ਮਹਾਂਪੁਰਸ਼ਾਂ ਨੇ ਘਾਲਣਾ ਘਾਲੀ ਹੈ ਆਪਾਂ ਕੁਝ ਵਿਚਾਰਾਂ ਸਾਂਝੀਆਂ ਸੰਗਤਾਂ ਨਾਲ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਮਨਾਇਆ ਹੈ ਉਹਦੇ ਸੰਬੰਧ ਵਿੱਚ ਲੜੀਵਾਰ ਕਥਾ ਚੱਲ ਰਹੀ ਹੈ, ਦਾਸ ਜਿੱਥੇ ਵੀ ਜਾਂਦਾ ਹੈ ਗੁਰੂ ਸਾਹਿਬ ਦੇ ਇਤਿਹਾਸ ਦੀ ਕਥਾ ਨੂੰ ਬੰਦ ਨਹੀਂ ਕਰੀਦਾ, ਕਿਉਂਕਿ ਸੰਗਤਾਂ ਮੀਡੀਆ ਦੇ ਰਾਹੀਂ ਵੀ ਔਰ ਅਸਥਾਨਾਂ 'ਤੇ ਬੈਠ ਕੇ ਵੀ ਲਾਹਾ ਲੈ ਰਹੀਆਂ ਨੇ। ਆਓ ਹੁਣ ਕੱਲ੍ਹ ਆਪਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਕੇ ਸ਼ਹਿਰ ਦਾ ਪ੍ਰਸੰਗ ਸਰਵਣ ਕੀਤਾ ਸੀ। ਬੰਗਲਾਦੇਸ਼ ਦੀ ਰਾਜਧਾਨੀ ਢਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਭਗਤ ਕੀਤੇ, ਉੱਥੋਂ ਦੀਆਂ ਸੰਗਤਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜਿਆ। ਫਿਰ ਉੱਥੋਂ ਮਾਈ ਜੋ ਗੁਲਾਕੀ ਦਾਸ ਦੀ ਮਾਤਾ ਸੀ ਉਹਨੂੰ ਆਪਣੀ ਤਸਵੀਰ ਆਪ ਬਣਾ ਕੇ ਦਿੱਤੀ। ਫਿਰ ਉੱਥੋਂ ਮਹਾਰਾਜ ਚਾਲੇ ਪਾ ਕੇ ਕਿਵੇਂ ਸੰਗਤਾਂ ਨੂੰ ਤਾਰਦੇ ਹੋਏ ਕਾਂਗਰੂ ਦੇਸ਼ ਵੱਲ ਆਏ ਹਨ, ਉਹ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਵੇਰ ਹੋਈ ਆ ਜਦੋਂ ਢਾਕੇ ਸ਼ਹਿਰ ਤੋਂ ਰਾਜੇ ਬਿਸ਼ਨ ਸਿੰਘ ਨੂੰ ਨਾਲ ਲੈ ਕੇ ਤਿਆਰ ਹੋਏ ਨੇ, ਚੱਲ ਪਾਉਣ ਲੱਗੇ ਨੇ, ਬਹੁਤ ਸਾਰੇ ਨਗਾਰੇ ਵੱਜਦੇ ਨੇ, ਕਈ ਹਜ਼ਾਰਾਂ ਹੀ ਫੌਜਾਂ ਬਾਦਸ਼ਾਹ ਔਰੰਗਜ਼ੇਬ ਦੀਆਂ ਭੇਜੀਆਂ ਹੋਈਆਂ ਰਾਜਾ ਬਿਸ਼ਨ ਸਿੰਘ ਦੇ ਨਾਲ ਹਨ, ਜੋ ਕਾਂਗਰੂ ਦੇਸ਼ ਨੂੰ ਫਤਿਹ ਕਰਨਾ ਚਾਹੁੰਦੇ ਸੀ। ਇਹ ਕਾਂਗਰੂ ਦੇਸ਼ ਆਸਾਮ ਗੁਹਾਟੀ ਦਾ ਇਲਾਕਾ ਹੈ, ਇਸ ਇਲਾਕੇ ਵਿੱਚ ਜਾਦੂ ਟੂਣਾ ਬਹੁਤ ਚੱਲਦਾ ਹੈ। ਇੱਥੋਂ ਦੇ ਰਾਜੇ ਜਾਦੂ ਟੂਣੇ ਦੇ ਬਲ ਨਾਲ ਬਾਦਸ਼ਾਹ ਦਿੱਲੀ ਤੋਂ ਹਮੇਸ਼ਾ ਬਾਗੀ ਰਹਿੰਦੇ ਸਨ। ਮੁਗਲ ਬਾਦਸ਼ਾਹ ਬਾਬਾ ਅਕਬਰ ਨੇ ਇਸ ਦੇਸ਼ ਨੂੰ ਫਤਿਹ ਕਰਨ ਦਾ ਸੋਚਿਆ। ਉਸਨੇ ਦੇਖਿਆ ਵੀ ਰਾਜਾ ਮਾਨ ਸਿੰਘ ਜੋ ਰਾਜਪੂਤਾਨੇ ਦਾ ਜੋਧਪੁਰ ਦਾ ਜੈਪੁਰ ਵੱਲ ਦਾ ਰਾਜਾ ਸੀਗਾ,
राजा मान सिंह बड़ा बहादुर योद्धा सी, उसने जाके अफगानिस्तान के पठान भी नवा ले। अफगानिस्तान के पठान सन जिहड़े तालिबान अज भी अमरीका नूं अखां दिखा दिंदे है, ये बड़े पुराने लड़ाके सूरमे मन्ने जांदे, इन्हां नूं कोई काबू नहीं कर सकिया। सिर्फ महाराजा रणजीत सिंह, अकाली बाबा फूला सिंह जी, हरी सिंह नलवे की ईन मंदी ने होर किसी के झुकते नहीं। अकबर बादशाह ने अखां दिखाते सन। अकबर ने 20,000 फौज बीरबल नूं दे के भेजी सी। बीरबल समेत सुवात धीर दीआं पहाड़ियां जिथे हुण तालिबान वाले अजे भी हथियार लैके बागी रहिंदे ने, उन्हां पहाड़ियां सुवात धीर दीआं पहाड़ियां विच बीरबल सने 20,000 फौज दे ਉਹ ਬਰਫ 'ਚ ਦੱਬ ਕੇ ਮਰ ਗਿਆ ਸਨ। ਉਹਦਾ ਕਾਰਨ ਗੁਰੂ ਅਮਰਦਾਸ ਦਾ ਸਰਾਪ ਵੀ ਸੀ। ਗੁਰੂ ਅਮਰਦਾਸ ਨੂੰ ਕਹਿੰਦਾ ਸੀ ਮੈਂ ਤੁਹਾਡੇ ਕੋਲੋਂ ਟੈਕਸ ਲੈਣਾ, ਅਤੇ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਲੰਗਰ ਛਕਾ ਸਕਦੇ ਹਾਂ, ਨਾ ਪੈਸਾ ਰੱਖਦੇ ਹਾਂ, ਨਾ ਲੈਂਦੇ ਹਾਂ ਨਾ ਦਿੰਦੇ ਹਾਂ। ਅਤੇ ਉਹ ਕਹਿੰਦਾ ਮੈਂ ਆ ਕੇ ਦੇਖਾਂਗਾ, ਅਤੇ ਸਿੱਖਾਂ ਨੇ ਆਖਿਆ ਮਹਾਰਾਜ ਆ ਕੇ ਪਤਾ ਨਹੀਂ ਕੀ ਕਰੇਗਾ। ਸਤਿਗੁਰੂ ਕਹਿੰਦੇ ਜੇ ਆਏਗਾ ਤਾਂ ਦੇਖੇਗਾ ਨਾ, ਆਉਣਾ ਹੀ ਨਹੀਂ ਤਾਂ ਦੇਖਣਾ ਕਿਹਨੇ। ਇਹ ਬਚਨ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲਿਆ ਸੀ। ਉਹ ਵੀਰਬਲ ਉੱਧਰ ਬਰਫ਼ ਵਿੱਚ ਹੀ ਗਲ ਗਿਆ ਸੀ। ਫਿਰ ਰਾਜਾ ਮਾਨ ਸਿੰਘ ਭੇਜਿਆ ਸੀ। ਮਾਨ ਸਿੰਘ ਨੇ ਜਾ ਕੇ ਉਹਨਾਂ ਪਠਾਣਾਂ ਨੂੰ ਲਵਾ ਲਿਆ। ਮਾਨ ਸਿੰਘ ਦੀ ਤਾਕਤ ਵੱਧ ਗਈ। ਅਕਬਰ ਬਾਦਸ਼ਾਹ ਨੇ ਸੋਚਿਆ ਵੀ ਜੇ ਹੁਣ ਮਾਨ ਸਿੰਘ ਤਾਕਤ 'ਚ ਆ ਗਿਆ ਇਹ ਮੈਨੂੰ ਖਤਰਾ ਬਣੇਗਾ, ਇਹਨੂੰ ਉਸ ਪਾਸੇ ਭੇਜੀਏ ਜਿੱਥੇ ਇਹ ਵਾਪਸੀ ਨਾ ਆਵੇ। ਰਾਜਨੀਤੀ ਬੜੀ ਚੰਦਰੀ ਜੀ ਹੈ, ਸਕੇ ਭਰਾਵਾਂ ਨੂੰ ਮਰਵਾ ਦਿੰਦੀ ਹੈ, ਆਪਣੇ ਪਿਓਆਂ ਨੂੰ ਮਰਵਾ ਦਿੰਦੀ ਹੈ, ਪੁੱਤਰਾਂ ਨੂੰ ਮਰਵਾ ਦਿੰਦੀ ਰਾਜਨੀਤੀ। ਸੋ ਆਪਣੇ ਖਾਸ ਮੁਸਾਹਿਬ ਮਾਨ ਸਿੰਘ ਨਾਲ ਅਕਬਰ ਨੇ ਸਮਝੋ ਇੱਕ ਤਰ੍ਹਾਂ ਦਾ ਧੋਖਾ ਹੀ ਕੀਤਾ। ਉਹਨੂੰ ਕਾਂਗਰੂ ਦੇਸ਼ ਆਸਾਮ ਭੇਜਤਾ, ਅਤੇ ਉੱਧਰ ਦੇ ਜਾਦੂਗਰੀਆਂ ਇਹੋ ਜਾਦੂਗਰਨੀਆਂ ਨੇ ਜਾਦੂ ਕੀਤਾ ਵੀ ਉਹ ਪਾਗਲ ਹੋ ਗਏ, ਅਤੇ ਬ੍ਰਹਮਪੁੱਤਰ ਦਰਿਆ ਦੇ ਕੰਢੇ 'ਤੇ ਪਾਗਲ ਹੋ ਕੇ ਰਾਜਾ ਮਾਨ ਸਿੰਘ ਮਰ ਗਏ। ਇਹ ਅਕਬਰ ਦੇ ਟਾਈਮ ਦੀ ਗੱਲ ਹੈ। ਅਕਬਰ ਨੇ ਜਿਹੜੀ ਤਲਵਾਰ ਰੱਖੀ ਸੀ ਦੁਬਾਰਾ ਵੀ ਹੁਣ ਜਾਓ ਕੋਈ ਉਹਦਾ ਬਦਲਾ ਲਵੋ ਮਾਨ ਸਿੰਘ ਦਾ, ਉਹ ਕਿਸੇ ਨੇ ਚੁੱਕੀ ਨਹੀਂ ਕਿਉਂਕਿ ਡਰਦੇ ਸੀ ਅਫਸਾਮ ਜਾਣ ਨੂੰ। ਉਹ ਅਕਬਰ ਮਰ ਗਿਆ। ਅਕਬਰ ਤੋਂ ਬਾਅਦ ਲਗਭਗ 24-25 ਉਹਦਾ ਪੁੱਤਰ ਜਹਾਂਗੀਰ ਬਾਦਸ਼ਾਹ ਰਿਹਾ ਹਿੰਦੁਸਤਾਨ ਦਾ। 25 ਜਹਾਂਗੀਰ ਦੇ ਟਾਈਮ 'ਤੇ ਵੀ ਕਿਸੇ ਨੇ ਤਲਵਾਰ ਨਹੀਂ ਚੁੱਕੀ ਆਸਾਮ ਨੂੰ ਫਤਿਹ ਕਰਨ। ਫਿਰ ਉਹਦਾ ਪੁੱਤਰ ਆਇਆ ਸ਼ਾਹਜਹਾਂ। ਸ਼ਾਹਜਹਾਂ ਲਗਭਗ 26-27 ਬਾਦਸ਼ਾਹ ਰਿਹਾ, ਉਹਦੇ ਸਮੇਂ ਵੀ ਕਿਸੇ ਨੇ ਤਲਵਾਰ ਨਹੀਂ ਚੁੱਕੀ। ਪੂਰੇ 60 ਬਾਅਦ ਔਰੰਗਜ਼ੇਬ ਨੇ ਦੁਬਾਰਾ ਉਹ ਮਸਲਾ ਚੁੱਕਿਆ, ਕਹਿੰਦੇ ਆਸਾਮ ਨਹੀਂ ਫਤਿਹ ਹੋਇਆ, ਕਾਂਗਰੂ ਦੇਸ਼ ਨਹੀਂ ਫਤਿਹ ਹੋਇਆ, ਫਤਿਹ ਕਰੀਏ, ਇਹਨੂੰ ਭੇਜੀਏ। ਕਹਿੰਦੇ ਮਾਨ ਸਿੰਘ ਦੇ ਪੋਤਰੇ ਨੂੰ ਭੇਜੋ ਬਿਸ਼ਨ ਸਿੰਘ। ਹੁਣ ਬਾਦਸ਼ਾਹ ਦਾ ਹੁਕਮ ਮੰਨ ਕੇ ਬੀੜਾ ਦਾ ਚੁੱਕ ਲਿਆ ਬਿਸ਼ਨ ਸਿੰਘ ਨੇ। ਸੂਰਮਾ ਸੀ, ਲੜਾਕਾ ਸੀ, ਯੋਧਾ ਸੀ, ਪਰ ਜਦੋਂ ਘਰ ਗਿਆ ਆਪਣੀ ਮਾਂ ਨੂੰ ਦੱਸਿਆ, ਮਾਂ ਮੈਂ ਕਾਂਗਰੂ ਦੇਸ਼ 'ਤੇ ਚੱਲਿਆ। ਉਹ ਕਹਿਣ ਲੱਗੇ ਪੁੱਤਰ ਨਾ ਜਾ, ਤੇਰਾ ਦਾਦਾ ਗਿਆ ਸੀ ਉੱਥੇ, ਜਾਦੂਗਰਨੀਆਂ ਨੇ ਪਾਗਲ ਕਰਕੇ ਮਾਰਤਾ ਸੀ, ਲਾਸ਼ ਵੀ ਵਾਪਸ ਨਹੀਂ ਆਈ ਬ੍ਰਹਮਪੁੱਤਰ ਦਰਿਆ ਤੋਂ ਦੀ, ਤੂੰ ਜਾਏਗਾ ਤੇਰੇ ਨਾਲ ਵੀ ਇਹੀ ਕੁਛ ਹੋਏਗਾ। ਕਹਿਣ ਲੱਗਾ ਮਾਂ ਜੇ ਮੈਂ ਨਾ ਗਿਆ ਤੇ ਔਰੰਗਜ਼ੇਬ ਮਾਰ ਦੇਗਾ। ਇੱਕ ਪਾਸੇ ਔਰੰਗਜ਼ੇਬ ਦਾ ਡਰ ਹੈ, ਇੱਕ ਪਾਸੇ ਉੱਧਰ ਦੋਵੇਂ ਪਾਸੇ ਮੌਤ ਹੀ ਹੈ, ਮੌਤ ਤਾਂ ਦੋਵੇਂ ਪਾਸੇ ਆਉਣੀ ਹੈ, ਇੱਧਰ ਆਵੇ ਜਾਂ ਉੱਧਰ ਆਵੇ, ਹੁਣ ਉੱਧਰ ਹੀ ਜਾਵਾਂਗਾ, ਕੰਮ ਕੰਮ ਸੀਗਾ ਮੈਂ ਲੜ ਕੇ ਨਾ ਮਰਾਂਗਾ, ਕਾਇਰਾਂ ਦੀ ਮੌਤ ਤਾਂ ਨਹੀਂ ਮਰਾਂਗਾ। ਮਾਂ ਕਹਿਣ ਲੱਗੀ ਪੁੱਤਰ ਠੀਕ ਹੈ ਤੂੰ ਜਾਣਾ ਹੈ ਨਾ, ਮੇਰੀ ਗੱਲ ਮੰਨ ਲੈ, ਕਿਸੇ ਮਹਾਂਪੁਰਸ਼ ਨੂੰ ਨਾਲ ਲੈ ਕੇ ਜਾਏ ਜਿਹਦੇ ਉੱਤੇ ਜਾਦੂ ਟੂਣਾ ਧਾਗਾ ਤਵੀਤ ਕੋਈ ਚੱਲੇ ਨਾ। ਕਹਿਣ ਲੱਗਾ ਮੈਂ ਕਿਹੜੇ ਮਹਾਂਪੁਰਸ਼ ਨੂੰ ਲੈ ਕੇ ਜਾਣਾ। ਮਾਂ ਕਹਿਣ ਲੱਗੀ ਪੁੱਤਰ ਜਿਹੜੇ ਮਹਾਂਪੁਰਸ਼ ਨੇ 52 ਰਾਜੇ ਸਾਡੀ ਰਾਜਪੂਤ ਬਰਾਦਰੀ ਦੇ ਗਵਾਲੀਅਰ ਦੇ ਕਿਲ੍ਹੇ 'ਚੋਂ ਛਡਾਏ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ 6ਵੇਂ ਪਾਤਸ਼ਾਹ, ਉਹਨਾਂ ਦੀ ਗੱਦੀ ਦੇ ਜਿਹੜੇ ਵੀ ਮਹਾਂਪੁਰਸ਼ ਇਸ ਵੇਲੇ ਹੋਣ ਉਹਨਾਂ ਨੂੰ ਨਾਲ ਲੈ ਜਾਓ। ਉਹ ਪਤਾ ਕੀਤਾ,
इस वेले तो गद्दी ते गुरु तेग बहादुर साहब जी नौवें पातशाह हैं। फिर नौवें पातशाह नूं नाल लैके गया राजा आखो सतनाम श्री वाहिगुरु। नौवें पातशाह की सहायता मदद अपनी हैल्प लई उत्थे कोई जादू टूणा मेरे ते असर ना करे। वो गुरु तेग बहादुर साहब नूं लैके ब्रह्मपुत्र दरिया असाम गुवाहाटी के इलाके धूपड़ी साहब उत्थे गुरद्वारा है। वह धूपड़ी एक शहर है छोटा जिहा। वो धोबण के नाम से धूपड़ी मैंने धोबण जेडे कपड़े धोती है वह धोबण के नाँ से वसया हो जादूगर नहीं सी बड़ी तगड़ी। सो वो नाँ से शहर वसया होया। उत्थे गुरु तेग बहादुर साहब ब्रह्मपुत्र दरिया के कंडे गए हैं। सो हम कथा आ रही है कि ढाके बंगलादेश तो गुरु तेग बहादुर साहब जी महाराज ने चाला पाया है। जेड़े दरिया ब्रह्मपुत्र के कंडे ते राजा मान सिंह अकबर के समय मारिया गया सी उस शहर का नाम रंगामाटी है। ये उधर के शहर ने सिलीगुड़ी रंगामाटी दार्जिलिंग गुवाहाटी ये बंगाल असाम का इलाका शासन है। थोड़ा जहा दास ने वेख्या बहुता तो नहीं देखिया पर उधर बड़े बड़े वे शहर ने गुवाहाटी है बहुत पुराना शहर उत्थे कमच्छा देवी का मंदिर है बहुत पुरातन मंदिर है। इस तरह ही उत्थे रंगामाटी एक शहर है। रंगामाटी वाली थान ते ये राजा मान सिंह मरिया सी। रंगामाटी के लागे ब्रह्मपुत्र दरिया वगदा असी ब्रह्मपुत्र दरिया वेख्या साध सिंह जी भी जिन्ना कह लो उन्ना झूठ वड्डा दरिया मेरा ख्याल पंजाब जिड्डा दरिया नहीं होना भी उरले पासे असीं वेख्या परले पासे अखां फटदियां सी किनारा नहीं सी दिसदा एडा वड्डा ब्रह्मपुत्र दरिया कहिंदे सत्त मील अठ मील तक पानी पानी जा रहा है जिवें समुंदर हुंदा जिवें आपां समुंदर दी देखदे ना वड्डी परले पासे कुछ नहीं दिसदा इदां ही उह दरिया दा पसारा जे ब्रह्मपुत्र दा नाम है। हिंदुस्तान के बड़े दरियावां जो दी गिणती है बड़ा तेज रफ्तार पानी उहदा चलदा है। कवि जी भी लिख रहे ने भी चार को जोड़ा चौड़ा है। असीं वेख्या धूपड़ी साहब गुरुद्वारे के नाल वगदा उत्थे गुरु ग्रंथ साहब का वह सरूप भी है जिहदे गुरु तेग बहादुर साहब के दस्तखत हैं पुरातन सरूप है उत्थे गुरुद्वारा साहब है तो जादूगर दा सिटिया होया पहाड़ का पत्थर भी उहदे विच धरती खुभिया होया एक पासे उहदे भी दर्शन होंदे है। वह ब्रह्मपुत्र दरिया के कंडे से खड़ जो तुम परले पासे तक देखना अखा फट जाए किनारा नहीं दिसदा चार को है इन्ना वड्डा दरिया वगदा है। उस ब्रह्मपुत्र दरिया के कंडे से उची थान से उची थान से गुरु तेग बहादुर साहब जी ने डेरा कर लिया। महाराज सच्चे पातशाह अपनी फौजा समेत अपने संतां महंतां समेत जा पहुंचे हैं। महाराज ने उची थान बना ली दमदमा अजे भी थान सारे शहर नाल उची है बहुत उची थान जिथे गुरुद्वारा बनया हो। महाराज ने संगत नूं अपनी फौज नूं सिखां नूं कहा कि ढाला भर भर के मिट्टी लियाओ ते उची थां बनाओ। वो जिन्नी फौज सी ना सारिआं ने अपनी अपनी ढालां च रेता भरिआ ते लिआ लै के उत्थे सुट्टण लग पए। उच्चा सारा ढेर लाता रेते दा मिट्टी दा फिर उन्हें उपरों बराबर कर दिता बड़ा सोहना थड़ा बना दिता। ओहदे उत्ते गुरु तेग बहादुर साहब जी ने अपना आसन ला लिया। गुरु साहब दे रहण वास्ते आर्टिफिशियल एक बहुत सोहना बंगला भी फौज ने तैयार कर दिता। महाराज श्री गुरु तेग बहादुर साहब जी उस सोहने बंगले विच विराज गए। उची थां ते क्यों बैठे सतगुरु उन्हां दी माया ही जाणदे उन्होंने पता सी भी दुश्मन के उत्ते निगाह रहेगी परले पासे दरिया के कौन कौन है की हो रहा है सारा देखने दूर दृष्टि नाल सतगुरु जी
ਉੱਚੀ ਥਾਂ ਤੇ ਆਪਣਾ ਆਸਣ ਲਾਇਆ ਹੈ। ਜਲ ਕੀ ਸੈਰ ਬੈਠੇ ਤੇ ਤਹਾਂ ਤੇ ਬੈਠੇ ਬੈਠੇ ਪਾਣੀ ਦੇ ਉੱਤੇ ਦਰਿਆ ਉੱਤੇ ਵੀ ਨਿਗਾਹ ਪੈਂਦੀ, ਜਲ ਦੇ ਦਰਸ਼ਨ ਹੁੰਦੇ ਆ। ਉੱਚੀ ਥਾਂ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਵੀ ਬ੍ਰਹਮਪੁੱਤਰ ਦਰਿਆ ਦੇ ਖੁੱਲੇ ਦਰਸ਼ਨ ਕਰਿਆ ਕਰਾਂਗੇ। ਦੂਰ ਦੂਰ ਲਗ ਤੀਰਥ ਸੀਕੇ, ਉਸ ਦਰਿਆ ਬ੍ਰਹਮਪੁੱਤਰ ਦੇ ਕੰਢੇ ਦੂਰ ਦੂਰ ਤੱਕ ਬਾਦਸ਼ਾਹ ਦੀਆਂ ਫੌਜਾਂ, ਰਾਜਾ ਕ੍ਰਿਸ਼ਨ ਸਿੰਘ ਦੀਆਂ ਫੌਜਾਂ ਬੈਠ ਗਈ। ਗੁਰੂ ਸਾਹਿਬ ਦੇ ਨਾਲ ਵੀ ਫੌਜ ਸੀ ਸਿੱਖਾਂ ਦੀ ਥੋੜੀ ਜਿਹੀ, 500-400 ਸਿੱਖ ਸ਼ਸਤਰਧਾਰੀ ਸਨ। ਬਾਕੀ ਫੌਜ ਜਿਹੜੀ ਸੀ ਉਹ ਰਾਜਾ ਕ੍ਰਿਸ਼ਨ ਸਿੰਘ ਦੀ ਹਜ਼ਾਰਾਂ ਦੀ ਤਾਦਾਦ ਵਿੱਚ ਸੀ, ਲੱਖਾਂ ਦੇ ਹਿਸਾਬ ਨਾਲ ਫੌਜ ਸੀ। ਉਹ ਦੂਰ ਦੂਰ ਲਈ ਕਈ ਮੀਲਾਂ 'ਚ ਉਹਨਾਂ ਨੇ ਛਾਉਣੀ ਪਾ ਲਈ। ਸੈਂਕੜੇ ਹਜ਼ਾਰਾਂ ਘੋੜੇ, ਉਹਨਾਂ ਘੋੜਿਆਂ ਦੀਆਂ ਲੈਣਾਂ ਲੱਗ ਗਈਆਂ। ਇੱਕ ਲੰਮਾ ਜਿਹਾ ਰੱਸਾ ਬੰਨ ਲੈਂਦੇ ਆ, ਜੇ ਬਹੁਤੇ ਘੋੜੇ ਬੰਨ ਰਿਹਾ ਉਹਨਾਂ, ਲੰਮਾ ਰੱਸਾ 2 ਕਿੱਲੇ ਕੱਢ ਕੇ ਬੰਨ ਲੈ, ਉਹਦੇ ਨਾਲ ਫਿਰ ਬੰਨ ਲੈਂਦੇ, ਪਿਛਲੇ ਪਾਸੇ ਪਛਾੜੀਆਂ ਵੀ ਪਾ ਦਿੰਦੇ। ਇੱਕ ਲੈਣ 'ਚ ਘੋੜੇ ਖੜੇ ਰਹਿੰਦੇ, ਤੋ ਫੌਜ ਦੇ ਘੋੜਿਆਂ ਦੀਆਂ ਲੈਣਾਂ ਲੱਗ ਗਈਆਂ, ਦੂਰ ਦੂਰ ਤੱਕ ਘੋੜੇ ਹੀ ਘੋੜੇ ਹਨ। ਤੇ ਫਿਰ ਘੋੜਿਆਂ ਦੇ ਇਲਾਵਾ ਹਾਥੀਆਂ ਦੀ ਵੀ ਬੜੀ ਭਾਰੀ ਕਤਾਰ ਹੈ, ਹਾਥੀਆਂ ਦੀ ਫੌਜ ਹੈ। ਹਾਥੀ ਵੀ ਵੱਖਰੇ ਹੋਏ ਨੇ, ਪੈਰਾਂ 'ਚ ਸੰਗਲ ਪਾ ਕੇ ਦਰਿਆ ਬ੍ਰਹਮਪੁੱਤਰ ਦੇ ਕੰਢੇ ਤੇ ਜਿੱਥੇ ਕਿੱਥੇ ਦੂਰ ਦੂਰ ਤੱਕ ਤੰਬੂ ਹੀ ਤੰਬੂ ਫੌਜ ਦੇ ਲੱਗ ਗਏ ਹਨ। ਕਹਿੰਦੇ ਹਰੇ ਰੰਗ ਦੇ ਤੰਬੂ ਹਨ, ਚਿੱਟੇ ਰੰਗ ਦੇ ਤੰਬੂ ਹਨ, ਰੰਗ ਬਿਰੰਗੇ ਤੰਬੂ ਨਜ਼ਰ ਆਉਂਦੇ ਹਨ। ਇੱਕ ਪਾਸੇ ਬਾਦਸ਼ਾਹ ਔਰੰਗਜ਼ੇਬ ਦਾ ਤੋਪਖਾਨਾ ਪਹੁੰਚ ਗਿਆ ਹੈ। ਰਾਜਾ ਬਿਸ਼ਨ ਸਿੰਘ ਰਾਜੇ ਬਾਦਸ਼ਾਹ ਵੱਲੋਂ ਗਿਆ ਸੀ ਨਾ, ਔਰੰਗਜ਼ੇਬ ਵੱਲੋਂ ਉਹਦੀਆਂ ਫੌਜਾਂ, ਉਹਦੇ ਤੋਪਖਾਨੇ ਨੇ ਵੱਡੀਆਂ ਵੱਡੀਆਂ ਤੋਪਾਂ ਦੇ ਤੋਪਖਾਨੇ ਖੜੇ ਦੂਰ ਦੂਰ ਤੱਕ, ਤੋਪਾਂ ਦਾ ਮੂੰਹ ਪਰਲੇ ਕਿਨਾਰੇ ਵੱਲ ਕੀਤਾ। ਉਧਰੋਂ ਦੁਸ਼ਮਣ ਨੇ ਹਮਲਾ ਕਰਨਾ, ਉਰਲੇ ਪਾਸੇ ਬਿਸ਼ਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ, ਪਰਲੇ ਪਾਸੇ ਕਾਮਰੂਪ ਦੇ ਰਾਜੇ ਦੀਆਂ ਫੌਜਾਂ ਨੇ ਆਉਣਾ, ਉਹਨਾਂ ਨਾਲ ਜੰਗ ਹੋਣਾ ਹੈ। ਕਹਿੰਦੇ ਬੜੀਆਂ ਤੋਪਾਂ, ਬੜੇ ਜਮੂਰੇ, ਛੋਟੇ ਛੋਟੀ ਤੋਪ ਨੂੰ ਜਮੂਰਾ ਕਹਿੰਦੇ, ਉਹ ਐਡੀ ਸਾਰੀ ਹੁੰਦੀ ਹੈ, ਐਡਾ ਸਾਰਾ ਗੋਲਾ ਪਿੰਡ ਊਂਠ ਦੇ ਉੱਤੇ ਰੱਖ ਲੈਂਦੇ ਆ, ਜਾਂ ਉਹਨੂੰ ਹਾਥੀ ਦੇ ਉੱਤੇ ਰੱਖ ਕੇ ਵੀ ਚਲਾ ਲੈਂਦੇ ਆ। ਤੇ ਵੱਡੀਆਂ ਤੋਪਾਂ ਪਹੀਆਂ ਨਾਲ ਜਿਹੜੀਆਂ ਗੇੜ ਕੇ ਲੈ ਜਾਂਦੇ ਆ, ਵੱਡੀਆਂ ਤੋਪਾਂ ਛੋਟੀਆਂ ਤੋਪਾਂ ਰਹਿਕਲੇ ਜਮੂਰੇ ਤਿਆਰ ਕਰਕੇ ਦੁਸ਼ਮਣ ਵਾਲੇ ਪਾਸੇ ਮੂੰਹ ਕਰ ਦਿੱਤੇ ਆ ਤੇ ਤੋਪਾਂ ਬੀੜ ਦਿੱਤੀਆਂ ਹਨ। ਜਦੋਂ ਠਾ ਠਾ ਕਰਦੀਆਂ ਤੋਪਾਂ ਗੜਕੀਆਂ, ਪਰਲੇ ਕਿਨਾਰੇ ਤੇ ਖਬਰ ਪਹੁੰਚ ਗਈ, ਦੁਸ਼ਮਣ ਨੂੰ ਪਤਾ ਲੱਗ ਗਿਆ ਵੀ ਬਾਦਸ਼ਾਹ ਔਰੰਗਜ਼ੇਬ ਹਿੰਦੁਸਤਾਨ ਦੇ ਬਾਦਸ਼ਾਹ ਦੀ ਫੌਜ ਚੜ ਕੇ ਆ ਗਈ ਹੈ। ਕਹਿੰਦੇ ਆਪਣੀਆਂ ਆਪਣੀਆਂ ਮਿਸਲਾਂ ਦੇ ਵਿੱਚ ਫੌਜੀਆਂ ਨੇ ਡੇਰੇ ਪਾਏ ਨੇ। ਆਪੋ ਆਪਣੀ ਮਿਸਲਾਂ ਹੁੰਦੀਆਂ, ਜਿਵੇਂ ਅੱਜ ਕੱਲ੍ਹ ਕੰਪਨੀ ਕਹਿੰਦੇ, ਪਹਿਲਾਂ ਮਿਸਲ ਕਹਿੰਦੇ ਸੀ, ਅੱਜ ਕੱਲ੍ਹ ਫੌਜ ਦੀ ਕੰਪਨੀ ਕਹਿੰਦੇ ਆ, ਵੀ ਇਹ ਕੰਪਨੀ ਕਮਾਂਡਰ ਹੈ, ਇਹਦੀ ਫੌਜ ਹੈ। ਜਿਵੇਂ ਰੈਜੀਮੈਂਟਾਂ ਹੁੰਦੀਆਂ ਨੇ, ਸਿੱਖ ਰੈਜੀਮੈਂਟ, ਗੋਰਾ ਰੈਜੀਮੈਂਟ, ਗੋਰਖਾ ਰੈਜੀਮੈਂਟ, ਏਦਾਂ ਸਾਧ ਸੰਗਤ ਜੀ ਮੁਗਲਾਂ ਦੇ ਸਮੇਂ ਮਿਸਲਾਂ ਕਹਿੰਦੇ ਸੀ, ਆਪਣੀਆਂ ਵੀ 12 ਮਿਸਲਾਂ ਸੀ ਖਾਲਸੇ ਦੀ, ਜਿਵੇਂ ਆਲੂ ਵਾਲੀਆਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਰਾਮਗੜੀਆਂ ਦੀ ਮਿਸਲ, ਘਨੱਈਆਂ ਦੀ ਮਿਸਲ, ਨਕਈਆਂ ਦੀ ਮਿਸਲ, ਭੰਗੀਆਂ ਦੀ ਮਿਸਲ, ਏਦਾਂ ਸਾਧ ਸੰਗਤ ਜੀ ਉਹਨਾਂ ਤੁਰਕਾਂ ਦੀਆਂ ਸਮੇਂ ਬਾਦਸ਼ਾਹ ਦੀਆਂ ਮਿਸਲਾਂ ਹੁੰਦੀਆਂ ਸੀ। ਸਮਝੋ ਇੱਕ ਮਿਸਲ 'ਚ 8-8, 10-10 ਹਜ਼ਾਰ ਫੌਜ ਦਾ ਬੰਦਾ ਹੁੰਦਾ, ਆਪਣੀ ਆਪਣੀ ਮਿਸਲਾਂ ਵਿੱਚ ਸਿਪਾਹੀ ਰਹਿੰਦੇ, ਆਪਣੇ ਆਪਣੇ ਅਫਸਰਾਂ ਦੇ ਥੱਲੇ ਕੰਮ ਕਰਦੇ ਆ। ਸੋ ਆਪਣੀ ਆਪਣੀ ਮਿਸਲ ਦੇ ਵਿੱਚ, ਕੈਂਪਾਂ ਦੇ ਵਿੱਚ ਫੌਜਾਂ ਡਟ ਗਈਆਂ ਨੇ, ਥਾਂ ਥਾਂ ਦੇ ਤੋਪਾਂ ਦੇ ਮੂੰਹ ਦੁਸ਼ਮਣ ਵੱਲ ਕੀਤੇ ਨੇ, ਔਰ ਸਿਸਤ ਲਾ ਕੇ ਵੀ ਇੰਨੀ ਦੂਰ ਗੋਲਾ ਮਾਰਾਂਗੇ ਤੇ ਇੱਦਾਂ ਡਿੱਗੇਗਾ, ਇੱਥੇ ਦੁਸ਼ਮਣ ਆਵੇਗਾ ਤੇ ਇਹ ਤੋਪ ਚਲਾਵਾਂਗੇ। ਜੰਗ ਕਰਨਾ ਕੋਈ ਸੌਖਾ ਜਿਹਾ ਕੰਮ ਤਾਂ ਨਹੀਂ, ਇੱਕ ਬੜੀ ਵੱਡੀ ਵਿੱਦਿਆ ਹੈ। ਤੋ ਜੰਗੀ ਜਰਨੈਲਾਂ ਨੇ ਆਪਣੇ ਸ਼ਸਤਰ ਜਿਹੜੇ ਤਿਆਰ ਬਰ ਤਿਆਰ ਕਰ ਲਏ ਨੇ। ਉਧਰੋਂ ਕਾਮਰੂਪ ਦੇਸ਼ ਦਾ ਜਿਹੜਾ ਰਾਜਾ ਹੈ, ਉਹਨੇ ਆਪਣੀ ਫੌਜ ਵੀ ਉਧਰੋਂ ਤਿਆਰ ਕਰਕੇ ਬ੍ਰਹਮਪੁੱਤਰ ਦਰਿਆ ਦੇ ਪਰਲੇ ਪਾਸੇ ਲਾ ਦਿੱਤੀ। ਉਰਲੇ ਪਾਸੇ ਰਾਜਾ ਬਿਸ਼ਨ ਸਿੰਘ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਨੇ, ਪਰਲੇ ਪਾਸੇ ਕਾਮਰੂਪ ਦੇਸ਼ ਦਾ ਰਾਜਾ ਆਪਣੀਆਂ ਫੌਜਾਂ ਲੈ ਕੇ ਆ ਗਿਆ ਹੈ।
ਦੇ ਦੋਵਾਂ ਕਿਨਾਰਿਆਂ ਤੇ ਫੌਜਾਂ ਦੇ ਕੈਂਪ ਲੱਗੇ ਹੋਏ ਔਰ ਮੀਲਾਂ ਵਿੱਚ ਲੱਗੇ ਹੋਏ। ਇਹ ਨਹੀਂ ਵੀ ਥੋੜ੍ਹੀ ਜਿਹੀ ਫੌਜ, ਲੱਖਾਂ ਦੇ ਹਿਸਾਬ ਨਾਲ ਇੱਧਰ ਫੌਜ ਹੈ, ਲੱਖਾਂ ਦੇ ਹਿਸਾਬ ਨਾਲ ਉੱਧਰ ਫੌਜ ਹੈ। ਅਤੇ ਲੱਖਾਂ ਫੌਜਾਂ ਤੁਹਾਨੂੰ ਪਤਾ ਵੀ ਥੋੜ੍ਹੀ ਥਾਂ 'ਤੇ ਥੋੜ੍ਹਾ ਹੁੰਦੀਆਂ ਨੇ, ਘੋੜੇ ਨੇ, ਹਾਥੀ ਨੇ, ਕੈਂਪ ਲੱਗੇ ਹੋਏ, ਕਈ ਕਈ ਵੀਹ ਵੀਹ ਮੀਲ ਤੱਕ ਫੌਜ ਦੇ ਡੇਰੇ ਪੈ ਗਏ ਨੇ। ਨਗਾਰੇ ਵੱਜਦੇ ਨੇ, ਲੱਖ ਨਗਾਰੇ ਵੱਜਣ ਆਹਮੋ ਸਾਹਮਣੇ, ਰਕਸ਼ ਰਣੋ ਨਾ ਭੱਜਣ ਰੋਹੇ ਰੋਹੇ। ਜਿਵੇਂ ਦਸਮ ਪਾਤਸ਼ਾਹ ਨੇ ਲਿਖਿਆ ਨਾ ਚੰਡੀ ਦੀ ਵਾਰ, ਲੱਖ ਨਗਾਰੇ ਵੱਜਣ, ਲੱਖਾਂ ਨਗਾਰੇ ਵੱਜਦੇ ਨੇ, ਦੋਵਾਂ ਪਾਸਿਆਂ ਤੋਂ ਤੋਪਚੀਆਂ ਨੇ ਤੋਪਾਂ ਦੇ ਫੈਰ ਖੋਲ ਦਿੱਤੇ, ਕਾੜ ਕਾੜ ਕਰਦੀਆਂ ਬਿਜਲੀ ਤਾਂ ਭੜਕਦੀਆਂ ਤੋਪਾਂ ਨੇ, ਦਰਿਆ ਬ੍ਰਹਮਪੁੱਤਰ ਦਾ ਵਾਤਾਵਰਣ ਗੁਜਾ ਕੇ ਰੱਖ ਦਿੱਤਾ ਹੈ। ਆਪਣਾ ਆਪਣਾ ਬਲ, ਆਪਣੀ ਆਪਣੀ ਵਿਦਿਆ ਦੇ ਕਰਾਮਾਤ ਕੌਤਕ ਦਿਖਾਉਂਦੇ ਨੇ। ਤੋਪਚੀਆਂ ਨੇ ਆਪਣੀ ਆਪਣੀ ਵਿਦਿਆ ਦੇ ਹੁਨਰ ਦਿਖਾਏ ਨੇ, ਕਿਉਂਕਿ ਤੋਪ ਦਾ ਗੋਲਾ ਕਿੰਨੀ ਰੇਂਜ ਤੇ ਮਾਰਨਾ, ਕਿੰਨੀ ਦੂਰੋਂ ਮਾਰਨਾ, ਕਿੱਥੇ ਮਾਰਨਾ, ਇਹ ਵੀ ਕੋਈ ਆਮ ਗੱਲ ਥੋੜਾ, ਇਹ ਬੜੀ ਤਜਰਬੇ ਨਾਲ ਵਿਦਿਆ ਹੁੰਦੀ ਹੈ। ਉਹਨਾਂ ਨੇ ਆਪਣੀ ਆਪਣੀ ਵਿਦਿਆ ਜੋ ਸਿੱਖੀ ਹੋਈ ਸੀ ਉਸਤਾਦਾਂ ਕੋਲੋਂ, ਤੋਪਚੀਆਂ ਨੇ ਤੋਪਾਂ ਚਲਾ ਕੇ ਦਿਖਾਈ ਹੈ। ਕਾਮਰੂਪ ਦੇਸ਼ ਦੇ ਰਾਜੇ ਨੇ ਆਪਣੇ ਸਾਰੇ ਮੰਤਰੀ ਮੰਡਲ ਨੂੰ ਇਕੱਠਾ ਕੀਤਾ, ਉਹਨੇ ਆਪਣੇ ਸਾਰੇ ਮੰਤਰੀਆਂ ਦੀ ਸਲਾਹ ਲਈ ਹੈ ਵੀ ਹੁਣ ਕੀ ਕਰੀਏ। ਆਪਣੇ ਉੱਤੇ ਬਾਦਸ਼ਾਹ ਔਰ ਅਭਿਦੇਵ ਨੇ ਫੌਜਾਂ ਭੇਜੀਆਂ ਨੇ, ਆਪਸ ਵਿੱਚ ਰਾਜਾ ਸਲਾਹ ਕਰਦਾ ਆਪਣੇ ਮੰਤਰੀਆਂ ਨਾਲ, ਕਹਿੰਦਾ ਵੀ ਸਲਾਹ ਕਰੋ ਮਿੱਤਰੋ ਭਰਾਓ, ਆਪਣੇ ਦੇਸ਼ ਉੱਤੇ ਮੁਗਲ ਬਾਦਸ਼ਾਹ ਔਰ ਅਭਿਦੇਵ ਦੀ ਫੌਜ ਆ ਪਈ ਹੈ। ਹਾਂ ਉਹ ਕਹਿੰਦੇ ਨੇ ਕੋਈ ਗੱਲ ਨੀ ਜੀ, ਇਹ ਜਿਹੜਾ ਕਾਕਾ ਆਇਆ ਨਾ ਬਿਸ਼ਨ ਸਿੰਘ, ਇਹਦਾ ਦਾਦਾ ਵੀ ਆਇਆ ਸੀ ਮਾਨ ਸਿੰਘ, ਜਿਹੜਾ ਆਪਾਂ ਪਾਗਲ ਕਰਕੇ ਮਾਰਿਆ ਸੀ ਜਾਦੂ ਨਾਲ, ਜਿਵੇਂ ਉਹ ਮਾਰਿਆ ਸੀ ਮਾਨ ਸਿੰਘ ਅਕਬਰ ਦੇ ਟਾਈਮ ਤੇ, ਉਵੇਂ ਇਹਨੂੰ ਵੀ ਮਾਰਾਂਗੇ। ਰਾਜਾ ਜੀ ਫਿਕਰ ਹੀ ਨਾ ਕਰੋ, ਇਹਨੂੰ ਚੁਟਕੀ ਨਾਲ ਮਾਰ ਦਾਂਗੇ, ਇਹਦਾ ਆਪਣੇ ਖੱਬੇ ਹੱਥ ਦੀ ਖੇਡ ਹੈ। ਇਹ ਜਿਹੜਾ ਆਇਆ ਨਾ ਬੜਾ ਵੱਡਾ ਰਾਜਾ ਬਿਸ਼ਨ ਸਿੰਘ, ਇਹ ਜਿਉਂਦਾ ਨੀ ਜਾਏਗਾ। ਕਹਿੰਦੇ ਜਿੰਨੇ ਉਧਰਲੀ ਫੌਜ ਦੇ ਮੁਖੀ ਨੇ ਨਾ ਸਾਰੇ ਮਾਰ ਦਿਆਂਗੇ, ਕੱਲਾ ਰਾਜਾ ਬਿਸ਼ਨ ਸਿੰਘ ਨੀ ਮਾਰਨਾ। ਰਾਜੇ ਬਿਸ਼ਨ ਸਿੰਘ ਦੇ ਨਾਲ ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਜਨਰਲ ਕਰਨਲ ਫੌਜ ਦੇ ਜਰਨੈਲ ਆਏ ਨੇ, ਸਾਰੇ ਮਾਰਨੇ ਨੇ। ਔਰੰਗਜ਼ੇਬ ਨੂੰ ਪਤਾ ਲੱਗ ਜਾਏ ਵੀ ਕਾਮਰੂਪ ਦੇਸ਼ ਤੇ ਚੜ੍ਹਾਈ ਕਰਨੀ ਕਿੰਨੀ ਮਹਿੰਗੀ ਪੈਂਦੀ ਹੈ। ਕਹਿੰਦੇ ਐਤਕੀ ਇਹੋ ਜਿਹੀ ਮਾਰ ਮਾਰਨੀ ਇਹਨਾਂ ਨੂੰ ਕਿ ਮੁੜ ਕੇ ਸਦੀਆਂ ਤੱਕ ਮੁਗਲ ਬਾਦਸ਼ਾਹ ਕਾਮਰੂਪ ਦੇਸ਼ ਵੱਲ ਝਾਕੇਗਾ ਵੀ ਨਹੀਂ। ਆਪਣੇ ਦੇਸ਼ ਚ ਰਾਜ ਕਰੀ ਜੇ ਦਿੱਲੀ ਚ ਬੈਠਾ ਰਹੇ, ਸਾਡੇ ਆਸਾਮ ਤੇ ਹੱਲਾ ਨਾ ਕਰੇ। ਇਹ ਔਰੰਗਜ਼ੇਬ ਦੀ ਜਿੰਨੀ ਫੌਜ ਆਈ ਹੈ ਚੜ੍ਹ ਕੇ ਸਾਡੇ ਦੇਸ਼ ਉੱਤੇ, ਇਹ ਆਪਾਂ ਲੜ ਕੇ ਥੋੜਾ ਮਾਰਨੀ, ਆਪਾਂ ਮੰਤਰ ਜੰਤਰ ਨਾਲ ਹੀ ਮਾਰ ਦੇਣੀ, ਆਪਾਂ ਜਾਦੂ ਟੂਣੇ ਨਾਲ ਹੀ ਤਬਾਹ ਕਰ ਦੇਣੇ, ਪਾਗਲ ਕਰਕੇ ਛਦਾਈ ਕਰਕੇ ਮਾਰਨੇ ਨੇ ਸਾਰੇ। ਕਹਿੰਦੇ ਜਦੋਂ ਦਾ ਰਾਜਾ ਮਾਨ ਸਿੰਘ ਆਪਾਂ ਮਾਰਿਆ ਸੀ ਉਦੋਂ ਦਾ ਕੋਈ ਇੱਧਰ ਮੂੰਹ ਨਹੀਂ ਸੀ ਕਰਦਾ, ਇਹ ਪਤਾ ਨੀ ਕਿਵੇਂ ਪਾਗਲਪਣ ਕਰਕੇ ਆ ਗਿਆ ਹੈ ਬਿਸ਼ਨ ਸਿੰਘ, ਕਿਹਦੇ ਸਹਾਰੇ ਤੇ ਆਇਆ ਹੈ, ਕਿਹਦਾ ਵੋਟ ਆਸਰਾ ਲੈ ਕੇ ਆਇਆ, ਹੁਣ ਦੇਖਾਂਗੇ। ਇਹ ਕੋਈ ਮੂਰਖ ਹੈ, ਇਹ ਕੋਈ ਸਾਡੀ ਤਾਕਤ ਨੂੰ ਜਾਣਦਾ ਨਹੀਂ, ਇਹ ਸਾਡੀ ਸ਼ਕਤੀ ਨੂੰ, ਸਾਡੀ ਕਰਾਮਾਤ ਨੂੰ, ਸਾਡੇ ਜਾਦੂ ਨੂੰ ਜਾਣਦਾ ਨਹੀਂ, ਤਾਂ ਹੀ ਚੜ੍ਹ ਕੇ ਆ ਗਿਆ ਸਾਡੇ ਉੱਤੇ। ਜੇ ਇਹਨੂੰ ਪਤਾ ਹੁੰਦਾ ਵੀ ਰਾਜੇ ਮਾਨ ਸਿੰਘ ਨੂੰ ਅਸੀਂ ਪਾਗਲ ਕਰਕੇ ਮਾਰਿਆ ਸੀ, ਇਹ ਇੱਧਰ ਮੂੰਹ ਹੀ ਨਾ ਕਰਦਾ, ਇੰਨੀ ਫੌਜਾਂ ਲੈ ਕੇ ਜਿਹੜਾ ਸਾਡੇ ਤੇ ਚੜ੍ਹ ਕੇ ਆਇਆ ਹੈ, ਇਹ ਕੋਈ ਸਾਡੇ ਤੋਂ ਅਣਜਾਣ ਹੈ, ਇਹਨੂੰ ਸਾਡਾ ਪਤਾ ਨਹੀਂ ਹੈ, ਇਹ ਸਾਡਾ ਪ੍ਰਭਾਵ ਨਹੀਂ ਜਾਣਦਾ, ਇਹ ਸਾਡੀ ਤਾਕਤ ਬਾਰੇ, ਸਾਡੀ ਸ਼ਕਤੀ ਬਾਰੇ ਜਾਣਦਾ ਨਹੀਂ ਹੈ। ਸਾਡੇ ਸਿਰ ਤੇ ਮਾਤਾ ਰਾਣੀ ਕਮੱਛਿਆ ਦਾ ਵਰਦਾਨ ਹੈ, ਅਸੀਂ ਕਮੱਛਿਆ ਦੇਵੀ ਦੇ ਭਗਤ ਹਾਂ, ਅਸੀਂ ਫੂਕ ਮਾਰ ਕੇ ਉਡਾ ਦਿੰਦੇ ਹਾਂ ਇਹ ਚੀਜ਼ਾਂ ਨੂੰ, ਸਾਡੇ ਜਾਦੂ ਅੱਗੇ ਕੌਣ ਠਹਿਰੇਗਾ, ਇਹਨਾਂ ਦੀਆਂ ਤੋਪਾਂ ਬੰਦ ਕਰ ਦਿਆਂਗੇ, ਇਹਨਾਂ ਦੇ ਸਾਰੇ ਵੱਡੇ ਵੱਡੇ ਰਾਜੇ ਮਹਾਰਾਜੇ ਪਾਗਲ ਕਰਕੇ ਮਾਰ ਦਿਆਂਗੇ,
सानू केड़ा सूरमा जित सकदा, जेड़ा मर्जी रंग जेड़ा प्यो भी आ जाए चढ़ के असीं तां वी माहाल मंगदे ना कोलों असीं मंत्र नाल मार देने आ हथियार दी तां लोड़ ही नहीं पैणी सानू, तां तोपां चलाणी ही नहीं पैणियां साडे ते मंत्र नाल पागल हो के बिशन सिंह कंधा नाल टकरा मारेगा, पागल होएगा ते फिर मरेगा। इस तरह कामरूप देश के राजे ने अपने मंत्री मंडल ने सलाह की। मंत्रियों नाल सलाह करके कामरूप देश के राजे ने साध संगत जी फिर जंतर मंत्र करने वाले बुला ले। उन्हों का देश सारा कामरूप देश के दे घर घर हूं तक भी है, ये ना समझो भी उथे हूँ विद्या कर रहे, उदा ही उन्होंने काम खानदानी खून च चलिया हों। गुरु नानक देव पातशाह भी उत्थे गए से, सतगुरु पातशाह मरदाना गया ना जदों, तो मरदाने के गाल धागा पा के भेडू बना लिया, लंबी साखी निंडा बना लिया। फिर सतगुरु गए जदों, जद पुठा पै गया उन्होंने, फिर नूर शाह जादू करनी आई, कहती महाराज अपना जादू सिखा दो सानू। महाराज कहते लड़कियां हम जा रही झुगे पुशक मंगे, झुगे का मतलब होंगे दुकान से आप जाने ना, छोटे बच्चों के थोड़ा पता नहीं होना, पर आपको पता उतने आप जाने रुपये की चीज लैन जाना बच्चा ने, तो झुगे कभी टॉफी गोली जंगदेवड़ी दुकानदार देता होंगे, झुग्गा हुंदा सी उहदे लालच नूं बच्चा भज भज के जांदा सी, ते दुकानदार नूं पता हुंदा सी वी गाहक, ते उहनां कहिणा वी रुपया दे दे आ समान दे दे, उहदे नहीं हुंदा सी हल्दी लूण तेल घर दा माइयां ने मंगाउणा, ते उह झुग्गा उहनां नूं थोड़ा जिहा मिल जाणा, उस बच्चे नूं काम लालच होणा वी आपां नूं इहदे नाल टॉफी मिलनी आ। महाराज कहिंदे वी कलर की आवण जा रहीआं, खरीदण ते आईआं कलर, कलर ਪਿੰਡਾਂ ਵਿੱਚ ਜ਼ਮੀਨ ਦੇ ਉੱਤੇ ਚਿੱਟਾ ਚਿੱਟਾ ਸੋਰਾ ਜਿਹਾ ਹੁੰਦਾ ਉਹਨੂੰ ਕਲਰ ਕਹਿੰਦੇ ਹਨ, ਉਹ ਇਕੱਠਾ ਕਰਕੇ ਲੋਕ ਖੇਸ ਕੰਬਲ ਧੋ ਲੈਂਦੇ ਹੁੰਦੇ ਗਰੀਬ ਲੋਕ, ਖਰੀਦਣ ਦੇ ਆਏ ਕਲਰ ਦੇ, ਕਲਰ ਆਉਣਾ ਆਨੇ ਦੋ ਆਨੇ ਦਾ, ਪੈਸੇ ਦੋ ਪੈਸੇ ਦਾ, ਅਤੇ ਉਹਦੇ ਬਦਲੇ ਦੇ ਝੁੱਗਾ ਕਿਹੜਾ ਮੰਗਦੇ, ਮੁਸ਼ਕਪੂਰ, ਮੁਸ਼ਕਪੂਰ ਬੜਾ ਮਹਿੰਗਾ ਸੌਦੇ, ਕਹਿੰਦੇ ਕਲਰ ਕੀਆਂ ਹੁਣ ਜਾ ਰਹੀਆਂ ਝੁੱਗੇ ਮੁਸ਼ਕ ਮੰਗੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਜਾਦੂ ਟੂਣੀਆਂ ਧਾਗੇ ਦਵੀਤਾਂ ਮੰਤਰਾਂ ਜੰਤਰਾਂ ਦੇ ਗਾਹਕ ਹੋ, ਆਖੋ ਸ੍ਰੀ ਵਾਹਿਗੁਰੂ, ਤੁਸੀਂ ਤੇ ਜਾਦੂ ਟੂਣਿਆਂ ਦੇ, ਜਾਦੂ ਟੂਣਿਆਂ ਦੇ ਮੰਤਰਾਂ ਜੰਤਰਾਂ ਦੇ ਗਾਹਕ ਹੋ, ਸਾਡਾ ਮੰਤਰ ਭਾਲਦੀਆਂ, ਸਾਡੇ ਵਾਲਾ ਮੰਤਰ ਤੁਹਾਨੂੰ ਕਿਵੇਂ ਮਿਲ ਜਾਏਗਾ, ਇਹਦਾ ਇਹਦਾ ਗਾਹਕ ਬਣੇਗਾ ਨਾ ਕੋਈ, ਫਿਰ ਮਿਲੇਗਾ, ਆਖੋ ਸ੍ਰੀ ਵਾਹਿਗੁਰੂ। ਇਹ ਝੁੱਗੇ 'ਚ ਨਹੀਂ ਮਿਲਦਾ, ਇਹ ਸਿਰ ਦੇ ਕੇ ਮਿਲਦਾ। ਕਹਿਣ ਲੱਗੀ ਕਿਵੇਂ ਮਿਲਦਾ ਮਹਾਰਾਜ, ਮਹਾਰਾਜ ਕਹਿੰਦੇ ਆ ਪਖੰਡ ਜਾਦੂ ਟੂਣੇ ਲੋਕਾਂ ਨੂੰ ਫਸਾਉਣਾ ਤੰਗ ਕਰਨਾ ਗੁਲਾਮ ਬਣਾਉਣਾ ਛੱਡ ਦਿਓ, ਧਰਮਸ਼ਾਲਾ ਬਣਾਓ, ਕੀਰਤਨ ਕਰੋ, ਕਥਾ ਕਰੋ, ਨਾਮ ਜਪੋ, ਪਰਮੇਸ਼ਰ ਦੀ ਭਗਤੀ ਕਰੋ, ਚੰਗੇ ਕੰਮ ਕਰੋ, ਬੁਰਾਈਆਂ ਛੱਡ ਦਿਓ। ਫਿਰ ਉਸ ਜਾਦੂਗਰ ਦੀ ਗੁਰੂ ਦੀ ਸਿੱਖ ਬਣ ਗਈ, ਪਰ ਫਿਰ ਵੀ ਲੱਖਾਂ ਹੀ ਸਨ ਉੱਥੇ, ਉਹਨਾਂ ਦੀ ਮਰਿਆਦਾ ਜਿਹੜੀ ਚੱਲੀ ਆਉਂਦੀ, ਕਈਆਂ ਨੇ ਛੱਡੀ, ਕਈਆਂ ਨੇ ਨਹੀਂ, ਹੁਣ ਤੱਕ ਵੀ ਜਾਦੂਗਰਨੀਆਂ ਦਾ ਉੱਥੇ ਜ਼ੋਰ ਹੈ। ਕਾਮ ਰੂਪ ਤਿਰਿਆ ਰਾਜ ਵੀ ਕਹਿੰਦੇ ਹਨ, ਤਿਰਿਆ ਰਾਜ ਤਾਂ ਕਹਿੰਦੇ ਵੀ ਜਨਾਨੀਆਂ ਦਾ ਰਾਜ ਹੈ, ਬੰਦੇ ਵਿਚਾਰੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਰਹਿੰਦੇ, ਕਿਉਂ ਜਾਦੂ ਨਾਲ ਉਹਨਾਂ ਨੂੰ ਝੁਕਾ ਰਹਿੰਦੀਆਂ, ਐਸਾ ਜਾਦੂ ਟੂਣਾ ਚੱਲਦਾ ਉੱਥੇ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੋ ਉੱਥੇ ਜਾ ਬੈਠੇ ਹਨ, ਉਧਰੋਂ ਕਾਮਰੂਪ ਦੇਸ਼ ਦੇ ਰਾਜੇ ਨੇ ਮੀਟਿੰਗ ਸੱਦੀ ਹੈ, ਜਾਦੂਗਰ ਬੁਲਾਏ ਹਨ, ਉਹਨਾਂ ਨੇ ਫੌਜ ਵੀ ਤਿਆਰ ਕਰ, ਹਥਿਆਰ ਵੀ, ਤੋਪਾਂ ਵੀ, ਸ਼ਸਤਰ ਵੀ ਸਭ ਕਾਇਮ ਕਰ ਲਏ, ਤੇ ਜਾਦੂ ਗਰ ਵੀ ਆਪਣੇ ਬੁਲਾ ਲਏ। ਇਹ ਦਰ ਬਾਦਸ਼ਾਹ ਦੀਆਂ ਫੌਜਾਂ ਰਾਜਾ ਬਿਸ਼ਨ ਸਿੰਘ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠਾ ਹੈ, ਬਹੁਤ ਮੀਲਾਂ ਵਿੱਚ ਰਾਜੇ ਬਿਸ਼ਨ ਸਿੰਘ ਦੀ ਫੌਜ, ਖਿਦਰੀ ਦਰਿਆ ਦੇ ਕੰਢੇ ਤੇ ਮੀਲਾਂ ਵਿੱਚ ਫੌਜਾਂ ਹੀ ਫੌਜਾਂ ਨੇ, ਜਿਹੜਾ ਨੀਵਾਂ ਦਰੇ ਪਾਸਾ ਹੈ ਦਰਿਆ ਦਾ, ਉੱਥੇ ਫੌਜ ਦਾ ਡੇਰਾ ਹੈ, ਜਦੋਂ ਇੱਕ ਦੋ ਦਿਨ ਬੀਤ ਗਏ,
उधर उन्होंने फिर मंत्र किया, उन्होंने अपना सारा मोर्चा देख के जादू किया, उन्होंने सलाह की कीती, कहन लगे आज रात नु जादू दे बल नाल दरिया पुठा करन। दरिया ब्रह्मपुत्र चार कोल पहाड़ है, छोटी मोटी नदी नहीं, कोई नाला नहीं, एडा वड्डा दरिया है भी उरले पासे वेखिए परले पासे दिसदा नहीं, एडा वड्डा दरिया और पानी उहदा जा रहा हाथियां नु रोड़दा होया, पहाड़ां नु रोड़दा होया, एडा बड़ी पहाड़ दरिया है, कहिंदे इहनू पुठा कर दिओ, इहदा पासा मोड़ दिओ, सब दश करके उपर भाव हो, दरिया उल्ट के ना रस्ता बदल के बादशाह औरंगजेब दियां बिशन सिंह दियां फौजां ने जा पाएगा, जिन्नी फौज आई है सब रुड़ के खत्म कर दियो, सबको हद होए जाहे सुखारे, सारिआं नूं मार दिओ इक्को वारी, कोई तोप चलाउण दी लोड नहीं, कोई तलवार चलाउण दी लोड नहीं, पाणी च रुड़ के मार दिओ दुश्मन नूं, मरहर डूब कर नीर मजारे, इह सारे पाणी च ब्रह्मपुत्र दरिया च डुब डुब के मरणगे, बहुते मर जाणगे जे थोड़े बाले रह गए ते तोपां नूं उड़ा देणगे, जेड़े बचणगे ओह डर के भज जाणगे साडे जादू दा प्रभाव देख के घबरा जाणगे, इह कामरूप देश दे राजे ने अपने जादूगरां नाल मशवरा कीता, आखो सतनाम श्री घट घट के अंतर की जानत, भले बुरे की पीर पछाणत, धन गुरु तेग बहादुर साहिब जी अंतर जामी, घट घट दे जानण वाले जाण गए वी अज साडे दुश्मन ने साडियां इधर वालियां फौजां दे उत्ते ए वरतारा करना, करियो विचार नहीं होए मरना, मन ने विचार कीती वी अज रात नूं जे दरिया उल्ट गया ਤਾਂ ਇਹ ਜਿੰਨੀ ਵੀ ਫੌਜ ਸਾਡੇ ਨਾਲ ਆਈ ਬਿਸ਼ਨ ਸਿੰਘ ਦੀ ਮਾਰੀ ਜਾਵੇਗੀ, ਬਿਸ਼ਨ ਸਿੰਘ ਆਇਓ ਮਮ ਸ਼ਰਨਾ, ਤੇ ਬਿਸ਼ਨ ਸਿੰਘ ਸਾਡੀ ਸ਼ਰਨ ਆਇਆ ਹੈ, ਇਹਨੇ ਸਾਡਾ ਉਹ ਆਸਰਾ ਤੱਕਿਆ, ਦੀ ਮਾਤਾ ਨੇ ਇਹਨੂੰ ਕਿਹਾ ਵੀ ਪੁੱਤਰ ਜੇ ਤੂੰ ਕਾਮਰੂਪ ਦੇਸ਼ ਜਾਣਾ ਹੀ ਹੈ ਅੱਬਲ ਦਾ ਜਾ ਨਾ, ਜੇ ਤੂੰ ਜਾਣਾ ਹੀ ਹੈ ਤਾਂ ਉੱਥੋਂ ਦੇ ਜਾਦੂ ਟੂਣੇ ਤੋਂ ਬਚਾ ਕਰ ਨਹੀਂ, ਜਾਦੂ ਟੂਣੇ ਦਾ ਬਚਾਅ ਹੋਰ ਕੋਈ ਕਰ ਨਹੀਂ ਸਕਦਾ ਸਿਵਾਏ ਗੁਰੂ ਤੇਗ ਬਹਾਦਰ ਸਾਹਿਬ ਦੇ, ਕਿਉਂਕਿ ਗੁਰੂ ਉੱਤੇ ਕੋਈ ਜਾਦੂ ਟੂਣਾ ਨਹੀਂ ਚੱਲਦਾ, ਆਖੋ ਸਤਨਾਮ ਸ਼੍ਰੀ ਮੇਰੀਆਂ ਮਾਤਾਵਾਂ ਭੈਣਾਂ ਵੀ ਬੈਠੀਆਂ ਨੇ, ਮੇਰੇ ਕਈ ਵੀਰ ਵੀ ਬੈਠੇ ਨੇ, ਅੱਜ ਸਾਡੇ ਵਿੱਚ ਫਿਰ ਉਹੀ ਕੁਛ ਚੱਲ ਰਿਹਾ ਜੇ, ਜਾਦੂ ਟੂਣਿਆਂ 'ਤੇ ਸਾਡਾ ਇੰਨਾ ਵਿਸ਼ਵਾਸ ਹੈ, ਕਰਨ ਕਰਾਉਣ ਵਾਲੇ ਬਾਬਿਆਂ ਦੀਆਂ ਇੰਨੀਆਂ ਮਸ਼ਹੂਰੀਆਂ ਗੁਰਦੁਆਰਿਆਂ 'ਚ ਅਖਬਾਰਾਂ ਮੈਂ ਵੇਖੀਆਂ, ਇੱਥੇ ਉਹਨਾਂ ਅਖਬਾਰਾਂ 'ਚ ਖਬਰ ਤਾਂ ਕੋਈ ਵੀ ਨਹੀਂ ਹੁੰਦੀ, ਬਸ ਬੰਗਾਲੀ ਬਾਬੇ ਦੀ ਤੇ ਮਲੇਰਕੋਟੜੇ ਵਾਲੇ ਦੀ ਤੇ ਦੂਜੇ ਦੀ ਤੇ ਤੀਜੇ ਦੀ ਮਸ਼ਹੂਰੀ ਹੁੰਦੀ, ਮੋਟੇ ਮੋਟੇ ਫੋਨ ਨੰਬਰ ਹੁੰਦੇ ਨੇ, ਤੇ ਜਿਹੜੀਆਂ ਸਾਨੂੰ ਗੁਰਦੁਆਰੇ 'ਚ ਕਦੀ ਮਾਈਆਂ 52 ਰੁਪਈਆ ਜਿਹੜਾ ਦਿੰਦੀਆਂ, 21 ਵੀ ਨਹੀਂ ਦਿੰਦੀਆਂ, ਕਦੀ 11 ਵੀ ਅਰਦਾਸ ਦਿੰਦੀਆਂ, ਉੱਥੇ 501 ਦਾ ਸਿੱਧਾ ਹੀ ਕਰਕੇ ਉਹਨਾਂ ਦੇ ਪਾ ਦਿੰਦੀਆਂ ਖਾਤੇ 'ਚ ਵੀ ਸਾਡਾ ਕੰਮ ਕਰੋ। ਮੇਰੀ ਬੇਨਤੀ ਹੈ ਭੈਣੋ ਵੀ ਇਹਦਾ ਜਾਦੂ ਟੂਣਿਆਂ ਨੇ ਆਪਣੇ ਘਰ ਉਜਾੜੇ ਨੇ, ਬੜੀਆਂ ਤਬਾਹੀਆਂ ਕੀਤੀਆਂ ਨੇ, ਹੋਰ ਨਾ ਕਰਾਓ, ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਅਰਦਾਸ ਕਰੋ, ਭਾਵੇਂ ਤੁਸੀਂ ਇੱਕ ਡਾਲਰੀ ਮੱਥਾ ਟੇਕ ਲਓ ਨਾ ਟੇਕੋ, ਇਹਨੇ ਤਾਂ ਵੀ ਤੁਹਾਡੇ ਕੰਮ ਕਰ ਦੇਣੇ। ਜੇ ਤੁਹਾਡੇ 'ਤੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ, ਤੁਹਾਨੂੰ ਲੱਗਦਾ ਵੀ ਸਾਡੇ 'ਤੇ ਕੋਈ ਜਾਦੂ ਟੂਣਾ ਕਰ ਰਿਹਾ, ਤਾਂ ਉਹਦਾ ਬਚਾਅ ਇਹ ਹੈ ਵੀ ਗੁਰੂ ਦੀ ਸ਼ਰਨ ਆ ਜਾਓ, ਆਖੋ ਸਤਨਾਮ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਜਾਓ, ਤੁਹਾਨੂੰ ਲੱਗਦਾ ਤਾਂ ਤੁਹਾਡੇ ਉੱਤੇ ਕੋਈ ਜਾਦੂ ਟੂਣਾ ਨਹੀਂ ਚੱਲੇਗਾ। ਗੁਰਦੇਵ ਮੰਤਰ ਨਿਰੋਧਰਾ, ਨਿਰੋਧਰਾ ਮੈਨੇ ਸਾਰੇ ਮੰਤਰ ਰੋਕਣ ਵਾਲਾ, ਸਾਰੇ ਮੰਤਰਾਂ ਦਾ ਨਿਰੋਧ ਕਰ ਦਿੰਦਾ, ਰੋਕ ਦਿੰਦਾ, ਕੋਈ ਮੰਤਰ ਇਹਦੇ ਉੱਤੇ ਨਹੀਂ ਚੱਲਦਾ। ਆਖੋ ਸ੍ਰੀ ਵਾਹਿਗੁਰੂ, ਗੁਰਦੇਵ ਮੰਤਰ ਨਿਰੋਧਰਾ, ਨਿਰੋਧਰਾ ਦਾ ਮੰਤਰ ਹੁੰਦਾ ਰੋਕ ਦੇਣਾ, ਇਹਨੇ ਸਾਰੇ ਜਾਦੂ ਟੂਣੇ ਤੁਹਾਡੇ 'ਤੇ ਆਉਣ ਵਾਲੇ ਰੋਕ ਦੇਣੇ, ਕੋਈ ਨਹੀਂ ਆਏਗਾ। ਵਾਹਿਗੁਰੂ 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 ਵਾਹਿਗੁਰੂ, ਬਸ ਇਹੀ ਵੱਡਾ ਮੰਤਰ ਹੈ, ਔਰ ਇਹ ਕਿਸੇ ਦਾ ਬੁਰਾ ਨਹੀਂ ਕਰਦਾ, ਸਭ ਦਾ ਭਲਾ ਕਰਦਾ, ਤੁਹਾਡਾ ਵੀ ਭਲਾ ਕਰੇਗਾ। ਇਸ ਕਰਕੇ ਗੁਰੂ ਸਾਹਿਬ ਦਾ ਮੰਤਰ ਜਿਹੜਾ ਹੈ ਨਾ, ਉਹਦੇ 'ਤੇ ਕੋਈ ਮੰਤਰ ਚੱਲਦਾ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋਚਦੇ ਨੇ
कि राजा बिशन सिंह का साड़ी शरण आया है, इन्हें तो साड़ा वो नासला तकिया है। हम बाह फड़ी है तेरी लाज लवानी पैनी। गुरु तेग बहादुर बोल रहा सिर दीजा बाहे न छोड़ी, बाहे जिन्हों की पकड़ी है सिर दीजा बाहे न छोड़ी है। गुरु तेग बहादुर साहब का बिरधी है कह रहे बाह फड़े की लाज लवानी पैनी है। ਇਹ ਵਿਚਾਰਾ ਸਾਡੇ ਆਸਰੇ ਤੇ ਆਇਆ, ਸਾਡੇ ਜ਼ੋਰ ਤੇ ਮੋਰਚਾ ਫਤਿਹ ਕਰਨਾ ਚਾਹੁੰਦਾ, ਤੇ ਜੇ ਇਹਦੀ ਫੌਜ ਅੱਜ ਹੀ ਖਤਮ ਹੋ ਗਈ, ਰੁੜ ਗਈ, ਇਹ ਮਾਰਿਆ ਗਿਆ ਜਾਂ ਇਹਦੀ ਫੌਜ ਮਾਰੀ ਗਈ, ਫਿਰ ਇਹਦਾ ਕੀ ਨਿਸ਼ਚਾ ਰਹਿਣਾ ਗੁਰੂ ਘਰ ਤੇ? ਫਿਰ ਸਾਡਾ ਵੀ ਅਸੀਂ ਵੀ ਦੇਣਦਾਰ ਹਾਂ, ਕਿਉਂਕਿ ਜਿਹਦੀ ਬਾਂਹ ਫੜੀਏ ਉਹਦੀ ਸਹਾਇਤਾ ਨਾ ਕਰੀਏ ਫਿਰ ਅਸੀਂ ਦੇਣਦਾਰ ਬਣਾਂਗੇ। ਹਾਂਜੀ, ਸਤਿਗੁਰੂ ਸੋਚਦੇ ਜੇ ਇਹਦੀ ਰਾਖੀ ਨਾ ਕਰੀਏ ਫਿਰ ਅਸੀਂ ਬਚੇਗਾ ਨਹੀਂ, ਰਾਜਾ ਬਚੇਗਾ ਨਹੀਂ, ਜਾਂ ਇਹਦੀ ਹਾਰ ਹੋ ਜਾਏਗੀ ਜਾਂ ਇਹਦੀ ਮੌਤ ਹੋ ਜਾਏਗੀ। ਆਖੋ ਸਤਨਾਮ। ਬਤਸਲ ਕਹਿੰਦੇ ਨੇ ਉਸ ਭਾਵ ਨੂੰ, ਉਸ ਭਾਵਨਾ ਨੂੰ ਜਿਹੜੀ ਮਾਂ ਬਾਪ ਆਪਣੇ ਬੱਚਿਆਂ ਵਾਸਤੇ ਰੱਖਦੇ। ਬਤਸ ਬਤਸਨਾਮ, ਬਤਸਨਾਮ ਬੱਚੇ ਦਾ ਹੈ, ਬਤਸਨਾਮ ਬੱਚੇ ਦਾ ਹੈ, ਬਤਸਨਾਮ ਧੀ ਪੁੱਤਰ ਦਾ ਹੈ। ਆਪੋ ਸ੍ਰੀ ਇਹਦੇ ਸੰਸਕ੍ਰਿਤ ਦਾ ਸ਼ਬਦ ਹੈ ਬਤਸ, ਬਤਸ ਤੋਂ ਬੱਚਾ ਪੰਜਾਬੀ 'ਚ ਬਣਿਆ, ਪੰਜਾਬੀ 'ਚ ਬੱਚਾ ਬਣਿਆ, ਪਰ ਸੰਸਕ੍ਰਿਤ 'ਚ ਬਤਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਬੱਚਾ ਹੀ ਹੈ ਜਿਹੜਾ ਮੇਰੀ ਸ਼ਰਨ ਆ ਗਿਆ। ਜਿਵੇਂ ਮਾਂ ਪਿਓ ਆਪਣੇ ਬੱਚੇ ਦਾ ਭਲਾ ਸੋਚਦੇ ਆ, ਏਦਾਂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਰਨ ਆਇਆ ਦਾ ਭਲਾ ਸੋਚਦੇ। ਹਾਂਜੀ, ਰਾਜੇ ਬਿਸ਼ਨ ਸਿੰਘ ਨੂੰ ਬੁਲਾਉਣ ਵਾਸਤੇ ਸੇਵਾਦਾਰ ਨੂੰ ਕੋਲ ਬੁਲਾਇਆ। ਸੇਵਾਦਾਰ ਨੂੰ ਮਹਾਰਾਜ ਕਹਿੰਦੇ ਜਾ ਬਿਸ਼ਨ ਸਿੰਘ ਕੋਲ ਜਾ, ਹੁਣੇ ਫਟਾਫਟ ਜਾ। ਹਾਂਜੀ, ਤੇ ਸਾਡਾ ਬਚਨ ਉਹਨੂੰ ਕਹਿ ਦੇ ਜਾ ਕੇ ਜਿੱਥੇ ਤੁਸੀਂ ਪਾਣੀ ਡੇਰਾ ਲਾਇਆ ਨਾ, ਫੌਜ ਨੇ ਕੈਂਪ ਲਾਇਆ ਹੋਇਆ ਨੀਵੀ ਥਾਂ ਤੇ, ਇੱਥੋਂ ਚੁੱਕ ਲਓ ਆਪਣਾ ਡੇਰਾ ਹੁਣੇ ਹੀ, ਅਭੀ ਇਸੇ ਵੇਲੇ ਇੱਥੋਂ ਆਪਣਾ ਡੇਰਾ ਚੁੱਕ ਲਵੋ ਤੇ ਉਹਨੇ ਪਾਸੇ ਸਾਡੇ ਵਾਲੇ ਪਾਸੇ ਉੱਚੀ ਥਾਂ ਤੇ ਆ ਜਾਓ, ਇੱਧਰ ਆ ਜਾਓ, ਉੱਧਰ ਨਾ ਰਹੋ, ਉੱਧਰ ਪਾਣੀ ਨੇ ਰਾਤ ਨੂੰ ਮਾਰ ਕਰਨੀ ਹੈ। ਅੱਜ ਉਹਨਾਂ ਨੇ ਜਾਦੂ ਦੇ ਬਲ ਨਾਲ ਪਾਣੀ ਦਾ ਰੁੱਖ ਬਦਲਣਾ ਤੇ ਪਾਣੀ ਉਸ ਪਾਸੇ ਆਵੇਗਾ ਜਿੱਧਰ ਤੁਹਾਡੀਆਂ ਫੌਜਾਂ ਬੈਠੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਇਹ ਦਿਨ ਜਿਹੜਾ 3 ਘੰਟੇ ਰਹਿ ਗਏ, 1 ਭੈ ਰਹਿ ਗਏ, 3 ਘੰਟੇ ਰਹਿ ਗਏ ਨੇ, ਸ਼ਾਮ ਦੇ 4 ਕੁ ਵੱਜ ਗਏ ਨੇ ਤੇ ਸ਼ਾਮ ਦੇ 7 ਵਜੇ ਤੋਂ ਬਾਅਦ ਕਿਸੇ ਵੇਲੇ ਵੀ ਅਟੈਕ ਹੋ ਸਕਦਾ, ਕਿਸੇ ਵੇਲੇ ਵੀ ਹਮਲਾ ਹੋ ਸਕਦਾ। ਅੱਜ ਦੀ ਰਾਤ ਦਰਿਆ ਨੇ ਪਰਲੋ ਕਰ ਦੇਣੀ ਹੈ, ਇੱਥੇ ਮੀਲਾਂ ਵਿੱਚ ਪਾਣੀ ਪਾਣੀ ਫੈਲ ਜਾਣਾ, ਹਾਥੀ ਵੀ ਰੁੜਨਗੇ, ਘੋੜੇ ਵੀ ਰੁੜਨਗੇ, ਬੰਦੇ ਦਾ ਪਤਾ ਹੀ ਲੱਗਣਾ ਕਿੱਥੇ ਗਏ। ਤੋ ਇਸ ਕਰਕੇ ਆਪਣਾ ਕੈਂਪ ਆਪਣੀ ਛਾਉਣੀ ਇੱਥੋਂ ਚੱਕ ਲਓ, ਸਾਡਾ ਕਿਹਾ ਛੇਤੀ ਕਰੋ, ਇਹ ਨਾ ਸਮਝਿਆ ਵੀ ਅਸੀਂ ਐਵੇਂ ਕਹਿ ਰਹੇ, ਇਹ ਸਾਡੇ ਕਹੇ ਨੇ, ਹੁਣੇ ਹੀ ਕਿਸੇ ਵੇਲੇ ਅਮਲ ਕਰ ਲਓ। ਜਿੱਥੇ ਡੇਰਾ ਪਾਇਆ ਨੀਵੀਂ ਥਾਂ ਹੈ ਉੱਥੇ ਡੇਰਾ ਨਾ ਕਰੋ, ਉੱਥੋਂ ਡੇਰਾ ਚੱਕੋ, ਸਾਰੀ ਫੌਜ ਨੂੰ ਖਬਰ ਕਰੋ, ਇਹ ਨਾ ਹੋਵੇ ਕੋਈ ਬੈਠਾ ਰਹਿ ਜਾਵੇ ਤੇ ਧੋਖੇ 'ਚ ਮਾਰਿਆ ਜਾਵੇ। ਜੇ ਤੁਸੀਂ ਸਾਡਾ ਵਚਨ ਨਾ ਮੰਨਿਆ ਤੇ ਅੱਜ ਦੀ ਰਾਤ ਇੱਥੇ ਹੀ ਕੈਂਪ ਰੱਖ ਲਿਆ, ਫਿਰ ਐਸਾ ਨਾ ਹੋਵੇ ਵੀ ਸਵੇਰੇ ਤੁਸੀਂ ਲੱਭੋ ਹੀ ਨਾ, ਪਾਣੀ ਰੋੜ ਕੇ ਲੈ ਜਾਏਗਾ, ਕੁਛ ਵੀ ਬਚਾ ਨਹੀਂ ਹੋਵੇਗਾ, ਫੌਜਾਂ ਸਮੇਤ ਘੋੜਿਆਂ ਹਾਥੀਆਂ ਦੇ ਤੋਪਖਾਨਿਆਂ ਦੇ ਬਰਬਾਦ ਹੋ ਜਾਣਗੀਆਂ। ਰਾਜਾ ਬਿਸ਼ਨ ਸਿੰਘ ਦੇ ਕੋਲ ਮਹਾਰਾਜ ਦਾ ਸਿੱਧ ਹਿੱਸਾ ਲੈ ਕੇ ਸਿੱਖ ਗਿਆ। ਰਾਜੇ ਬਿਸ਼ਨ ਸਿੰਘ ਨੂੰ ਗੁਰੂ ਸਾਹਿਬ ਦਾ ਵਚਨ ਕਿਹਾ ਜਾ ਕੇ ਰਾਜਾ ਬਿਸ਼ਨ ਸਿੰਘ ਬੜਾ ਹੈਰਾਨ ਹੋਇਆ ਸੁਣ ਕੇ ਵੀ ਅੱਜ ਕਿੱਦਾਂ ਭਾਣਾ ਸਾਡੇ ਨਾਲ ਵਰਤੇਗਾ। ਉਹਨੇ ਉਸੇ ਵੇਲੇ ਬੰਦੇ ਭੇਜ ਦਿੱਤੇ, ਜਿੰਨੇ ਵੀ ਆਫੀਸਰ ਸਨ ਫੌਜ ਦੇ, ਜਨਰਲ, ਕਰਨਲ, ਕੰਪਨੀ ਕਮਾਂਡਰ, ਵੱਡੇ ਛੋਟੇ, ਮਿਸਲਦਾਰ, ਸੂਬੇਦਾਰ, ਸੈਨਾਪਤੀ, ਸਾਰਿਆਂ ਨੂੰ ਸਮਝਾਇਆ ਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ
साहब ने हुक्म दिता है भी इथो अपनी चोनी चुक लईए उची थां चल के छोनी पा लईए इथे अपनी रात नूं बहुत बर्बादी होनी है ऐसा ना हो जावे दरिया सारी फौज नूं रोड़ के लै जावे जेड़े दिन हिंदू सीगे हिंदुआ ने दे गुरु दा बचन फटाफट मान लिया उन्होंने गुरु साहब दे बचन ते श्रद्धा कर ली उस वेले उठ पे जो हिंदुआ नूं पता लगा भी गुरु तेग बहादुर साहब महाराज सच्चे पातशाह कह रहे ने भी साडा खतरा है सानू अज उन्हां नूं पता अंतरजामी ने गुरु ने जानी जान ने उह ते श्रद्धालु सीगे श्रद्धावान जेड़े सी ओ तो उठो उठ गए जेड़े हिंदू फौजी सन हिंदू फौजिया ने अपने अपने कैंप अपने अपने तोपखाने चक ले छोटिया वड्डिया अपनिया चीजा अपना भांडा टिंडा अपना साजो समान अपने घोड़े अपनिया तोपा अपने हथियार सारे उतो चुक ले जेड़े मुसलमान सीगे जिन्हां ने जिन्हां नूं गुरु घर की श्रद्धा नहीं सी ओ मनदे नहीं सी गुरु घर नूं ਉਹ ਮੂਰਖਬਾਦੀ ਚ ਰਹਿ ਗਏ ਆਕੜ ਵਿੱਚ ਰਹਿ ਗਏ ਵੀ ਲੈ ਏਦਾਂ ਗੁਰੂ ਨੂੰ ਕੋਈ ਸੁਪਨਾ ਆ ਗਿਆ ਕੀ ਹੋਏਗਾ ਦਰਿਆ ਕਿਵੇਂ ਪਲਟ ਜਾਏਗਾ ਏਦਾਂ ਕਿਵੇਂ ਹੋ ਸਕਦਾ ਅਸੀਂ ਚੁੱਕਣਾ ਡੇਰਾ ਉਹ ਜਿਹੜੇ ਤੁਰਕ ਸੀਗੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੂੰ ਐਵੇਂ ਹੀ ਜਾਣਿਆ ਸਤਿਗੁਰਾਂ ਦੇ ਬਚਨ ਸੱਚੇ ਨਹੀਂ ਮੰਨੇ ਸਤਿਗੁਰਾਂ ਦੇ ਬਚਨਾਂ ਤੇ ਤੁਰਕਾਂ ਨੇ ਭਰੋਸਾ ਨਹੀਂ ਕੀਤਾ ਵਿਸ਼ਵਾਸ ਨਹੀਂ ਕੀਤਾ ਬਲਕਿ ਟਿੱਚਰਾਂ ਕਰਨ ਲੱਗ ਪਏ ਮਖੌਲ ਕਰਦੇ ਮੁਸਲਮਾਨ ਕਹਿੰਦੇ ਹਿੰਦੂਆਂ ਦੀ ਮੱਤ ਕੱਚੀ ਆ ਇੱਕ ਬਾਬੇ ਦੇ ਮਗਰ ਲੱਗੇ ਹੋਏ ਉਹ ਬਾਬਾ ਭਲਾ ਕੀ ਜਾਣਦਾ ਬਾਬੇ ਨੂੰ ਕੀ ਪਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਹੀ ਕਹੀ ਜਾਂਦੇ ਕਹਿੰਦੇ ਬਾਬੇ ਨੂੰ ਕੀ ਪਤਾ ਬਾਬਾ ਜਾਣੀ ਜਾਣਾ ਆਪਾਂ ਨਹੀਂ ਕਰਨਾ ਕਿਸੇ ਦੇ ਆਪਾਂ ਇੱਥੇ ਬੈਠਾਂਗੇ ਆਪਾਂ ਨਹੀਂ ਜਾਣਾ ਉਹ ਮੂਰਖਮਤੀ ਜੀ ਆਪਣੀ ਹੋਮੈ ਜੀ ਰਹਿ ਗਏ ਹਾਂਜੀ ਹਾਂ ਉਹ ਉਲਟਾ ਟਿਚਰਾ ਕਰ ਰਹੇ ਨੇ ਕਹਿੰਦੇ ਨੇ ਇਹ ਗੁਰੂ ਦੇ ਆਖੇ ਲਾ ਕੇ ਹਿੰਦੂ ਸਾਡੇ ਜਿਹੜੇ ਨੇ ਬਹਿ ਕੇ ਜਾਂਦੇ ਨੇ ਇਹ ਰਾਜਾ ਵੀ ਹਿੰਦੂ ਹੈ ਨਾ ਬਿਸ਼ਨ ਸਿੰਘ ਇਹ ਤਾਂ ਉਹਨਾਂ ਦੇ ਆਖੇ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਨੂੰ ਕਹਿ ਰਹੇ ਥੋੜ੍ਹ ਜਿਹਾ ਅਸੀਂ ਕਿਉਂ ਉੱਠੀਏ ਅਸੀਂ ਇੱਥੇ ਰਵਾਂਗੇ ਅਸੀਂ ਤਾਂ ਬਾਦਸ਼ਾਹ ਦੇ ਔਰੰਗਜ਼ੇਬ ਦੇ ਜਰਨੈਲ ਹਾਂ ਅਸੀਂ ਉਹਦੀਆਂ ਫੌਜਾਂ ਦੇ ਜਨਰਲ ਕਰਨ ਲੈਣਾ ਅਸੀਂ ਕਿਉਂ ਕਿਸੇ ਦੀ ਗੱਲ ਮੰਨੀਏ ਅਸੀਂ ਗੁਰੂ ਤੇਗ ਬਹਾਦਰ ਦਾ ਆਖਾ ਨਹੀਂ ਮੰਨਣਾ ਏਦਾਂ ਮੂਰਖਮਤੀ ਦੇ ਵਿੱਚ ਆਪਣੀ ਹੈਂਕੜ ਦੇ ਵਿੱਚ ਬੈਠੇ ਨੇ ਹਾਂਜੀ ਮੁਸਲਮਾਨ ਸਿਪਾਹੀ ਕਹਿੰਦੇ ਨੇ ਅਸੀਂ ਦੋ ਦਿਨ ਦੇ ਇੱਥੇ ਬੈਠੇ ਹਾਂ ਦੋ ਦਿਨ ਤੋਂ ਇੱਥੇ ਸਾਡਾ ਡੇਰਾ ਲੱਗਿਆ ਅਜੇ ਤੱਕ ਤੇ ਕੁਛ ਹੋਇਆ ਨਹੀਂ ਤੇ ਹੁਣ ਕੀ ਹੋ ਜਾਏਗਾ ਹਾਂਜੀ ਦੱਸੋ ਕਿਹਦਾ ਕੀ ਨੁਕਸਾਨ ਹੋਇਆ ਦਰਿਆ ਵਗੀ ਜਾਂਦਾ ਵਗੀ ਜਾਵੇ ਅਸੀਂ ਦੁਸ਼ਮਣਾਂ ਲੜਨਾ ਆਇਆ ਅਸੀਂ ਐਵੇਂ ਡਰੀ ਜਾਈਏ ਅਸੀਂ ਨਹੀਂ ਉੱਠਦੇ ਇੱਥੋਂ ਰਾਜਾ ਬਿਸ਼ਨ ਸਿੰਘ ਨੂੰ ਪਤਾ ਨੀ ਕੀ ਹੋ ਗਿਆ ਇੱਕ ਗੁਰੂ ਨੂੰ ਆਪਣਾ ਗੁਰੂ ਬਣਾ ਬੈਠਾ ਹਾਂ ਸਾਨੂੰ ਤੇ ਉਸ ਗੁਰੂ ਤੇ ਭਰੋਸਾ ਕੋਈ ਨੀ ਅਸੀਂ ਤੇ ਉਸ ਗੁਰੂ ਨੂੰ ਮੰਨਦੇ ਕੋਈ ਨੀ ਹਾਂਜੀ ਉਹ ਗੁਰੂ ਜਿਹੜਾ ਆਇਆ ਹੈ ਹਿੰਦੂਆਂ ਦਾ ਉਹਨੇ ਰਾਜੇ ਬਿਸ਼ਨ ਸਿੰਘ ਨੂੰ ਬਹਿਕਾ ਦਿੱਤਾ ਉਹਨੇ ਰਾਜੇ ਬਿਸ਼ਨ ਸਿੰਘ ਨੂੰ ਬਹਿਕਾ ਕੇ ਆਪਣੇ ਬਹਿਕਾਵੇ ਵਿੱਚ ਲਿਆ ਕੇ ਏਦਾਂ ਦੀਆਂ ਗੱਲਾਂ ਸਿਖਾਈਆਂ ਰਾਜਾ ਉਹਦੀਆਂ ਗੱਲਾਂ ਤੇ ਬਹੁਤ ਵਿਸ਼ਵਾਸ ਕਰਦਾ ਹੈ ਸਾਡੇ ਕੋਲ ਤਾਂ ਡੇਰਾ ਨਹੀਂ ਚੁੱਕਿਆ ਜਾਂਦਾ ਹੁਣ ਕੌਣ ਇੰਨਾ ਸਮਾਨ ਚੁੱਕੇ ਕੌਣ ਇੰਨੀਆਂ ਤੋਪਾਂ ਉਠਾਵੇ ਕੌਣ ਇੰਨਾ ਭਾਰਾ ਸਮਾਨ ਚੁੱਕ ਕੇ ਦੂਜੀ ਥਾਂ ਦੇ ਉਹ ਵੀ ਕਹਿੰਦੇ ਰਾਤ ਤੋਂ ਪਹਿਲੇ ਪਹਿਲੇ ਐਡਾ ਵੱਡਾ ਡੇਰਾ ਚੁੱਕਣਾ ਮੀਨਾ ਵਿੱਚ ਸਾਡੀ ਫੌਜ ਹੈ ਅਸੀਂ ਨਹੀਂ ਜਾਂਦੇ ਉਹ ਜਿਹੜੇ ਮੁਸਲਮਾਨ ਸਿਪਾਹੀ ਸੀ ਜਾਂ ਮੁਸਲਮਾਨ ਅਫਸਰ ਸੀਗੇ ਉਹਨਾਂ ਨੇ ਰਾਜੇ ਬਿਸ਼ਨ ਸਿੰਘ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਨਹੀਂ ਮੰਨਿਆ ਅਸੀਂ ਵਧੀਆ ਥਾਂ ਤੇ ਬੈਠੇ ਹਾਂ ਅਸੀਂ ਕਿਸੇ ਹਿੰਦੂ ਗੁਰੂ ਦੇ ਆਖੇ ਲੱਗ ਕੇ ਆਪਣਾ ਡੇਰਾ ਕਿਉਂ ਚੁੱਕੀਏ ਸਾਨੂੰ ਕੀ ਲੋੜ ਅਸੀਂ ਨਹੀਂ ਚੁੱਕਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਸ ਤਰ੍ਹਾਂ ਆਪਸ ਵਿੱਚ ਜਿਹੜੇ ਮੁਸਲਮਾਨ ਅਫਸਰ ਸੀ ਜਾਂ ਮੁਸਲਮਾਨ ਸਿਪਾਹੀ ਸੀ ਉਹ ਗੱਲਾਂ ਕਰਨ ਲੱਗੇ ਟਿਚਰਾਂ ਕਰਦੇ ਮੁਸ਼ਕਲਾਂ ਦੇ
ਉਹਨਾਂ ਜਿਹੜੇ ਉੱਠ ਕੇ ਜਾ ਰਹੇ ਸੀ ਨਾ ਉਹਨਾਂ ਦਾ ਮਜ਼ਾਕ ਉਡਾਉਂਦੇ ਕਹਿੰਦੇ ਆ ਵੇਖੋ ਡਰਪੋਕ ਗੁਰੂ ਦੇ ਆਖੇ ਲੱਗ ਕੇ ਡਰ ਗਏ ਇਹਨਾਂ ਗੁਰੂਆਂ ਨੂੰ ਕੀ ਪਤਾ ਲੜਾਈ ਕੀ ਹੁੰਦੀ ਹੈ ਅਸੀਂ ਥੋੜੇ ਥੋੜੇ ਜੰਗ ਜਿੱਤੇ ਆ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਘਬਰਾਉਂਦੇ ਉਹ ਜਿਹੜੇ ਸਨ ਨਾ ਉਹ ਬਖੌਲ ਕਰਦੇ ਹਿੰਦੂ ਸਿਪਾਹੀਆਂ ਦਾ ਜਿਹੜੇ ਹਿੰਦੂ ਅਫਸਰ ਸੀ ਜਾਂ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜੀ ਸਨ ਉਹ ਗੁਰੂ ਸਾਹਿਬ ਦੇ ਸਰਦਾਰ ਨੂੰ ਪਤਾ ਸੀ ਵੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਚ ਬੜੀ ਕਰਾਮਾਤ ਬੜੀ ਸ਼ਕਤੀ ਹੈ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਏ ਉਸ ਤੋਂ ਬਾਅਦ ਇਹਨਾਂ 'ਚ ਜ਼ਿਆਦਾ ਗੁਰੂ ਸਾਹਿਬ ਦਾ ਰਾਜਪੂਤਾਨੇ 'ਤੇ ਅਸਰ ਪੈ ਗਿਆ ਸੀ ਛੇਵੇਂ ਪਾਤਸ਼ਾਹ ਨੂੰ ਬਹੁਤ ਮੰਨਦੇ ਸਨ ਫਿਰ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਤਾਪ ਵੀ ਵੇਖਿਆ ਸੀ ਇਹਨਾਂ ਨੇ ਇਸ ਕਰਕੇ ਉਹ ਕਹਿੰਦੇ ਵੀ ਗੁਰੂ ਸਾਹਿਬ ਦਾ ਵਚਨ ਝੂਠਾ ਹੋ ਨਹੀਂ ਸਕਦਾ ਅਸੀਂ ਗੁਰੂ ਸਾਹਿਬ ਦਾ ਵਚਨ ਮੰਨੀਏ ਪਾਣੀ ਆਵੇ ਨਾ ਆਵੇ ਪਰ ਆਪਾਂ ਵਚਨ ਮੰਨ ਲਈਏ ਜਿਹੜਾ ਵਚਨ ਕਮਾਏਗਾ ਉਹ ਕਹਿੰਦਾ ਬੇੜਾ ਬਣੇ ਆਖੋ ਸਤਨਾਮ ਸਿਰਿ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀ ਹੈ ਹਾਂਜੀ ਸੋ ਆਖੋ ਸਤਨਾਮ ਸਿਰਿ ਜਿਹੜੇ ਵਚਨ ਮੰਨਣ ਵਾਲੇ ਸੀ ਨਾ ਜਾਂ ਕਹਿ ਲਓ ਵੀ ਹਿੰਦੂ ਮਤ ਨੂੰ ਮੰਨਦੇ ਸੀਗੇ ਮੁਸਲਮਾਨਾਂ ਵਾਲੀ ਕੱਟੜਤਾ ਨਹੀਂ ਸੀ ਕੋਈ ਚੰਗੇ ਮੁਸਲਮਾਨ ਵੀ ਸਿਆਣੇ ਹੁੰਦੇ ਆ ਪਰ ਜ਼ਿਆਦਾ ਉਹਨਾਂ ਦਾ ਪੱਖ ਜਿਹੜਾ ਸੀ ਨਾ ਉਲਟਾ ਹੀ ਰਿਹਾ ਉਹਨਾਂ ਨੇ ਜ਼ਿਆਦਾ ਤੇ ਮਤਲਬ ਇਹੀ ਰੱਖਿਆ ਵੀ ਅਸੀਂ ਮੰਨਣੀ ਨਹੀਂ ਕਰਨੀ ਉਹ ਜਿਹੜੀ ਧਰਮ ਦੀ ਆ ਜਾਂਦੀ ਹੈ ਵਿੱਚ ਈਰਖਾ ਵੀ ਇਹ ਦੂਜੇ ਧਰਮ ਦੇ ਆ ਅਸੀਂ ਇਹਨਾਂ ਦੀ ਗੱਲ ਕਿਉਂ ਮੰਨੀਏ ਮਹਾਂਪੁਰਸ਼ ਕਿਸੇ ਧਰਮ ਦੇ ਨਹੀਂ ਹੁੰਦੇ ਆਖੋ ਸ੍ਰੀ ਵਾਹਿਗੁਰੂ ਮਹਾਂਪੁਰਸ਼ ਤੇ ਪੂਰੀ ਦੁਨੀਆਂ ਦੇ ਹੁੰਦੇ ਨੇ ਮਹਾਂਪੁਰਸ਼ ਹਿੰਦੂਆਂ ਦੇ ਵੀ ਹੁੰਦੇ ਆ ਮੁਸਲਮਾਨਾਂ ਦੇ ਵੀ ਹੁੰਦੇ ਪਰ ਅਸੀਂ ਲੋਕ ਜਿਹੜੇ ਆ ਪੱਟੀ ਬੰਨ ਲੈਂਦੇ ਹਾਂ ਈਰਖਾ ਦੀ ਉਹ ਦੇਖ ਨਹੀਂ ਸਕਦੇ ਮਹਾਂਪੁਰਸ਼ਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂਆਂ ਦਾ ਗੁਰੂ ਸਮਝ ਕੇ ਉਹਨਾਂ ਮੁਸਲਮਾਨ ਸਿਪਾਹੀਆਂ ਨੇ ਕਹਿਣਾ ਨਹੀਂ ਮੰਨਿਆ ਜਿਹੜੇ ਹਿੰਦੂ ਸੀਗੇ ਜਿਹਨਾਂ ਨੇ ਵਚਨ ਮੰਨਿਆ ਉਹ ਆਪਣੇ ਛਾਉਣੀਆਂ ਪੁੱਟ ਪੁੱਟ ਕੇ ਉੱਚੀ ਥਾਂ ਵੱਲ ਆ ਗਏ ਜਿਹੜੇ ਪਾਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਦਰਬਾਰ ਬਣਾ ਕੇ ਉੱਚੇ ਥਾਂ ਤੇ ਬੈਠੇ ਸੀ ਉਹਨਾਂ ਦੇ ਪਾਸੇ ਵਾਲੇ ਪਾਸੇ ਰਾਜੇ ਬਿਸ਼ਨ ਸਿੰਘ ਦੀਆਂ ਫੌਜਾਂ ਜ਼ਿਆਦਾ ਆ ਕੇ ਬੈਠ ਗਈਆਂ ਸਾਡਾ ਇਸੇ ਜੀ ਭਲਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਵਚਨ ਮੰਨ ਲਈ ਸਾਡਾ ਇਸੇ ਜੀ ਕਲਿਆਣ ਹੈ ਕਿ ਗੁਰੂ ਸਾਹਿਬ ਦੇ ਵਚਨਾਂ ਤੇ ਭਰੋਸਾ ਕਰ ਲਈ ਉਹਨਾਂ ਵਿਚਾਰਿਆਂ ਨੇ ਗੁਰੂ ਸਾਹਿਬ ਦਾ ਵਚਨ ਮੰਨਿਆ ਤੇ ਉਹ ਗੁਰੂ ਸਾਹਿਬ ਵਾਲੇ ਪਾਸੇ ਆ ਗਏ ਇਹ ਬਦਲਾ ਬਦਲੀ ਕਰਦਿਆਂ ਕਰਾਉਂਦਿਆਂ 2-3 ਘੰਟੇ ਹੋਣ ਦੀ ਲੱਗ ਗਏ ਸੂਰਜ ਛਿਪ ਗਿਆ ਰਹਿਣ ਵਾਸਤਾ ਟਾਈਮ ਹੋ ਗਿਆ ਤੇ ਜਿਹੜੇ ਤੁਰਕ ਸੀਗੇ ਉਹ ਉੱਥੇ ਬੈਠੇ ਉਹ ਆਪਣਾ ਖਾ ਪੀ ਕੇ ਆਪਣੇ ਕੈਂਪਾਂ ਵਿੱਚ ਆਰਾਮ ਨਾਲ ਸੌਂ ਗਏ ਵੀ ਕੋਈ ਗੱਲ ਨਹੀਂ ਸਵੇਰੇ ਫੁੱਲ ਡਾਈ ਹੋਵੇਗੀ ਤੇ ਲੜ ਲਾਂਗੇ ਤੇ ਆਪਾਂ ਨਹੀਂ ਕਦੇ ਜਾਣਾ ਸਾਨੂੰ ਨਹੀਂ ਕੋਈ ਖਤਰਾ ਪਰ ਕਿ ਟੀਚਰਾਂ ਕਰਦੇ ਰਹੇ ਹਿੰਦੂਆਂ ਨੂੰ ਵੀ ਉਹ ਚਲੇ ਗਏ ਗੁਰੂ ਦਾ ਕਹਿਣਾ ਮੰਨ ਕੇ ਹਾਂਜੀ ਉਧਰੋਂ ਸਾਧ ਸੰਗਤ ਦੇ ਆਖੋ ਸਤਨਾਮ ਸ੍ਰੀ ਕਾਮਰੂ ਦੇਸ਼ ਦੇ ਫੌਜੀ ਕਾਮਰੂ ਦੇਸ਼ ਦੇ ਲੋਕ ਕਾਮਰੂ ਦੇਸ਼ ਦੇ ਜਾਦੂਗਰ ਪਰਲੇ ਪਾਸੇ ਬੈਠੇ ਸੀ ਉਹਦੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਤਿਆਰੀਆਂ ਕਰ ਰਹੇ ਸੀ ਉਹ ਰਾਤ ਨੂੰ ਆ ਗਏ ਉਹ ਆਪਣੇ ਮੰਤਰ ਜੰਤਰ ਤਿਆਰ ਕਰਕੇ ਸਾਧ ਕੇ ਆਏ ਪੂਰੇ ਉਹਨਾਂ ਕੋਲ ਬੜੀਆਂ ਬੜੀਆਂ ਸ਼ਕਤੀਆਂ ਬੜੀਆਂ ਬੜੀਆਂ ਕਰਾਮਾਤਾਂ ਬੜੇ ਬੜੇ ਜਾਦੂ ਟੂਣੇ ਉਹਨਾਂ ਨੇ ਆਪਣੇ ਸਾਰੇ ਜਿਹੜੇ ਜਾਦੂ ਟੂਣੇ ਸੀ ਉਹ ਇਕੱਠੇ ਕਰ ਲਏ ਹਾਂਜੀ ਉਹਨਾਂ ਨੇ ਜਦੋਂ ਮੰਤਰ ਪੜ੍ਹੇ ਦਰਿਆ ਦੇ ਕੰਢੇ ਤੇ ਖਲੋ ਗਏ ਆਪਣੇ ਡਬਰੂ ਵਜਾਏ ਢੋਲ ਵਜਾਏ ਉਹਨਾਂ ਦਾ ਕੋਈ ਸਾਧਨਾ ਦਾ ਤਰੀਕਾ ਹੁੰਦਾ ਹੁੰਦਾ ਸਾਰਾ ਧਿਆਨ ਨਾਲ ਹੀ ਅੱਜ ਜਿੰਨੀ ਦੁਨੀਆਂ ਚੱਲ ਰਹੀ ਹੈ ਨਾ ਧਿਆਨ ਨਾਲ ਚੱਲ ਰਹੀ ਹੈ ਮੰਤਰ ਵੀ ਸਾਡੇ ਧਿਆਨ ਨੂੰ ਇੱਕ ਜਗ੍ਹਾ ਤੇ ਕਾਬਿਲ ਕਰ ਦਿੰਦਾ ਫਿਰ ਜੋ ਧਿਆਨ ਵਿੱਚੋਂ ਬਿਰਤੀ ਨਿਕਲਦੀ ਉਹ ਅਸਰ ਕਰਦੀ ਹੈ ਇਹ ਗੱਲਾਂ ਹੁਣ ਜਿਹੜੇ ਸਾਧਨਾ ਕਰਦੇ ਉਹਨਾਂ ਨੂੰ ਪਤਾ ਲੱਗਦਾ ਮਹਾਤੜਾ ਨੇ ਆਪਾਂ ਕੀਤਾ ਨਹੀਂ ਸਾਨੂੰ ਪਤਾ ਨਹੀਂ ਤੇ ਨਾ ਅਸੀਂ ਪਤਾ ਲਾਣਾ ਸਾਨੂੰ ਤੇ ਗੁਰੂ ਸਾਹਿਬ ਆਪਣੇ ਚਰਨਾਂ ਥਾਂ ਦੇ ਇੰਨਾ ਹੀ ਬੜਾ ਐਵੇਂ ਕਿ ਕਿਸੇ ਦਾ ਕੀ ਖਿਆਲ ਉਹ ਕਿਸੇ ਨੇ ਆਖਿਆ ਸਹਿ ਨੂੰ ਵੀ ਮਾਸ ਖਾਏਗਾ ਕਹਿੰਦਾ ਮੇਰਾ ਹੀ ਮੱਚ ਜੇ ਨਹੀਂ ਬਣਾ ਸਾਡਾ ਤੇ ਆਪਣਾ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਪ੍ਰਸਾਦ ਮਿਲ ਜੇ ਅਸੀਂ ਕਿਸੇ ਦਾ ਬੁਰਾ ਕਰਨਾ ਕੀ ਤੇ ਭਲਾ ਕੀ ਕਰਨਾ ਸਾਨੂੰ ਲੋੜ ਹੀ ਨਹੀਂ ਸਾਨੂੰ ਗੁਰੂ ਨੇ ਕਿਹਾ ਵੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਵਾਹਿਗੁਰੂ ਵਾਹਿਗੁਰੂ ਜਪੋ ਤੇ ਪਾਰ ਲੰਘੋ ਇੱਥੇ ਕੁਛ ਨਹੀਂ ਪਿਆ ਦੁਨੀਆਂ ਵਿੱਚ ਆਖੋ ਸਤਨਾਮ ਪਰ ਇਹ ਵਿਦਿਆ ਵੀ ਹੁੰਦੀਆਂ ਨੇ ਇਹ ਵਿਦਿਆ ਹੁੰਦੀਆਂ ਨੇ ਐਵੇਂ ਨਾ ਸਮਝ ਲੈਣਾ ਵੀ ਇਹ ਜਾਦੂ ਟੂਣੇ ਐਵੇਂ ਗੱਪਾਂ ਬਣਾਈਆਂ ਹੋਈਆਂ ਨੇ ਗੱਪਾਂ ਕੋਈ ਨਹੀਂ
ਇਹ ਸਭ ਤਰ੍ਹਾਂ ਦੀ ਵਿੱਦਿਆ ਹੁੰਦੀ ਹੈ। ਬੜੀ ਬੜੀ ਵਿੱਦਿਆ ਪੁਰਾਣੇ ਜ਼ਮਾਨੇ ਸੀ ਬਈ, ਇੱਥੇ ਬੈਠੇ ਮੰਦਰ ਪੜ੍ਹਨਾ, ਹਜ਼ਾਰਾਂ ਮੀਲ ਬੈਠਾ ਬੰਦਾ ਪਾਗਲ ਹੋ ਜਾਏ, ਮਰ ਜਾਵੇ, ਗੁਆਰ ਹੋ ਜਾਏ, ਏਦਾਂ ਏਦਾਂ ਦੀ ਵਿੱਦਿਆ ਚੱਲਦੀ ਸੀ, ਚੰਗੀ ਵੀ ਮਾੜੀ ਵੀ। ਤਿੰਨ ਤਰ੍ਹਾਂ ਦਾ ਮੁਸਲਮਾਨ ਅੱਜ ਇਲਮ ਮੰਨਦੇ ਨੇ, ਕਾਲਾ ਇਲਮ, ਲਾਲ ਇਲਮ, ਚਿੱਟਾ ਇਲਮ। ਚਿੱਟਾ ਇਲਮ ਉਹਨੂੰ ਕਹਿੰਦੇ ਜਿਹੜਾ ਰੱਬ ਦੀ ਬੰਦਗੀ ਵਾਲਾ ਪਰਮਾਤਮਾ ਦੀ ਭਗਤੀ ਕਰੇ ਉਹਨੂੰ ਚਿੱਟਾ ਇਲਮ ਕਹਿੰਦੇ ਆ। ਲਾਲ ਇਲਮ ਉਹਨੂੰ ਕਹਿੰਦੇ ਜਿਹਦਾ ਕਿਸੇ ਦਾ ਭਲਾ ਹੋ ਜਾਏ, ਜਿਹਨੂੰ ਕਿਸੇ ਦਾ ਵਿਆਹ ਨਹੀਂ ਹੁੰਦਾ ਉਹਨੂੰ ਕਾਲਾ ਨਾਲ ਚੇਲਾ ਹੋ ਜਾਏਗਾ, ਜਿਹੜਾ ਬੱਚਾ ਨਹੀਂ ਹੁੰਦਾ ਉਹਨੂੰ ਉਹਦਾ ਬੱਚਾ ਹੋ ਜਾਵੇ, ਉਹਨੂੰ ਲਾਲ ਇਲਮ ਕਹਿੰਦੇ। ਅਤੇ ਕਾਲਾ ਉਹਨੂੰ ਕਹਿੰਦੇ ਜਿਹਦੇ ਨਾਲ ਅਗਲੇ ਨੁਕਸਾਨ ਹੋ ਜਾਵੇ, ਕੋਈ ਉਹਦਾ ਬੰਦਾ ਮਰ ਜਾਏ, ਕੋਈ ਬਿਮਾਰ ਹੋ ਜਾਏ, ਕੋਈ ਐਕਸੀਡੈਂਟ ਹੋ ਜਾਏ, ਕਿਸੇ ਦਾ ਕੋਈ ਕੋਈ ਨੁਕਸਾਨ ਹੋ ਜਾਏ, ਉਹਨੂੰ ਕਹਿੰਦੇ ਕਾਲਾ ਇਲਮ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਇਲਮਾਂ ਤੋਂ ਸਾਨੂੰ ਉੱਚਾ ਕਰਤਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਾਰਾ ਕੁਝ ਇਹਦੇ ਵਿੱਚ ਆ। ਸਾਡੇ ਇੱਕ ਆਪਣੇ ਨਰੇੜਾ ਪਿੰਡ ਹੈ ਜੀ, ਉੱਥੇ ਸ਼ੰਭੂ ਦੇ ਕੋਲ ਉੱਥੋਂ ਦੇ ਸਿੱਖ ਸੀ ਬਾਬਾ ਦਰਸ਼ਨ ਸਿੰਘ, ਸਾਡਾ ਬਹੁਤ ਪ੍ਰੇਮ ਸੀਗਾ, ਜੰਗ ਸਿੰਘ ਸੀਗੇ, ਉਹ ਸੁਣਾਉਂਦੇ ਹੁੰਦੇ ਸੀ। ਕਹਿੰਦੇ ਮੈਂ ਚਲਾ ਗਿਆ ਮੌਲਵੀ ਕੋਲ ਅਤੇ ਮੈਂ ਕਿਹਾ ਵੀ ਮੀਆਂ ਜੀ ਮੈਨੂੰ ਕਾਲਾ ਇਲਮ ਸਿਖਾ ਦੇ। ਉਹ ਕਹਿੰਦਾ ਸਰਦਾਰ ਜੀ ਤੇਰੇ ਕੋਲ ਗੁਟਕਾ ਹੈ? ਕਹਿੰਦੇ ਮੈਂ ਖਜ਼ਾਨਾ ਪਾਇਆ ਸੀ, ਖਜ਼ਾਨੇ 'ਚ ਗੁਟਕਾ ਕੱਢਿਆ। ਕਹਿੰਦਾ ਹਾਂ ਜੀ ਹੈ ਤੇਰੇ ਕੋਲ। ਕਹਿੰਦਾ ਇਹਦੇ ਅੱਖਰ ਕਿਵੇਂ ਜੇ ਨੇ? ਕਹਿੰਦੇ ਅੱਖਰ ਤਾਂ ਕਾਲੇ ਹੀ ਨੇ। ਕਹਿੰਦੇ ਹੋਰ ਫਿਰ ਕਿਹੜਾ ਕਾਲਾ ਇਲਮ ਸਿੱਖਣਾ? ਤੇਰੇ ਗੁਰੂ ਦੀ ਬਾਣੀ 'ਤੇ ਭਰੋਸਾ ਨਹੀਂ ਤੈਨੂੰ? ਸਾਰੇ ਇਲਮ ਇਹਦੇ ਵਿੱਚ ਨੇ, ਹੋਰ ਕਿਹੜਾ ਇਲਮ ਸਿੱਖਦਾ ਫਿਰਦਾ ਮੇਰੇ ਕੋਲੋਂ? ਮੈਂ ਇਹਦੇ ਆਪ ਗੁਰੂ ਦੇ ਚਰਨਾਂ ਤੋਂ ਬਖਸ਼ਿਆ ਮੈਂ। ਸੋ ਖਾਲਸਾ ਜੀ, ਇਹ ਵਿੱਦਿਆ ਹੁੰਦੀ ਹੈ। ਅਸੀਂ ਕਥਾ 'ਚ ਸਾਰਾ ਕੁਝ ਬੋਲਣਾ ਪੈਂਦਾ, ਗ੍ਰੰਥ ਜਦੋਂ ਕਥਾ ਚੱਲਦੀ ਨਾ ਇਹਦੀ ਸਾਰੀ ਚੀਜ਼ਾਂ ਆਉਣੀਆਂ। ਕਈ ਵਾਰੀ ਨਾ ਹੁਣ ਗੁਰੂ ਗ੍ਰੰਥ ਸਾਹਿਬ 'ਚ ਦੋ ਵਾਰੀ ਸ਼ਰਾਬ ਬਣਾਉਣ ਦਾ ਨੁਸਖਾ ਆ ਗਿਆ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈ ਹੈ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਹ ਤਰਸ ਨਾਮੇ ਉਹ ਚੁਆਈ ਹੈ। ਅਤੇ ਹੁਣ ਸਾਨੂੰ ਨੁਸਖਾ ਵੀ ਸੁਣਾਉਣਾ ਪੈਂਦਾ ਵੀ ਏਦਾਂ ਏਦਾਂ ਬਣਦੀ ਹੈ। ਅਤੇ ਇੱਕ ਬਾਬਾ ਮੈਨੂੰ ਕਹਿ ਕਹਿੰਦੀ ਜੀ ਭੱਠੀ ਲਾਈ ਸੀ, ਮੈਂ ਕਿਹਾ ਵੀ ਸਾਨੂੰ ਇੱਦਾਂ ਹੀ ਮੰਨਣਾ ਭਰਾਵਾ, ਹੁਣ ਕੀ ਕਹਿ ਸਕਦੇ ਭੱਠੀ ਲਾਈ ਮੰਨ ਲਾ ਤੂੰ, ਕਿਉਂਕਿ ਸਾਡੇ ਗੁਰੂ ਨੇ ਜੋ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਭਾਠੀ ਗਗਨ ਸਿੰਘਿਆ ਚੁੰਗਿਆ ਕੰਧ ਕਰ ਸਿੱਖ ਪਾਇਆ, ਤਿਸ ਮੈਂ ਧਾਰ ਚੁਆਇਆ ਤੇ ਨਿਰਮਲ ਰਸ ਮੈਂ। ਜੇ ਉਹ ਵੇਖਿਆ ਹੋਵੇਗਾ ਭੱਠੀ ਲਾਈ ਤਾਂ ਹੀ ਕਥਾ ਕਰਾਂਗੇ, ਜੇ ਸਾਨੂੰ ਪਤਾ ਹੀ ਨਹੀਂ ਵੀ ਕਿਵੇਂ ਉਹ ਸਿੰਘਿਆ ਤੇ ਕਿਵੇਂ ਚੁੰਗਿਆ ਤੇ ਕਿਵੇਂ ਭਾਵ ਬਣਦੀ ਆ ਤੇ ਕਿਵੇਂ ਮਟਕੇ 'ਚ ਬੀਂਦੀ ਆ, ਕਿਵੇਂ ਉਬਾਲਦੇ, ਕਿਵੇਂ ਲਾਹਣ ਬਣਾਉਂਦੇ, ਉਹ ਸਾਨੂੰ ਪਤਾ ਹੋਵੇਗਾ ਤੇ ਦੱਸਾਂਗੇ, ਕਿ ਸਾਨੂੰ ਪਤਾ ਹੀ ਨਹੀਂ ਅਸੀਂ ਦੱਸਣਾ ਕੀ ਹੈ। ਤੇ ਜਦੋਂ ਅਸੀਂ ਦੱਸੀਏ ਤੇ ਡਾਂਗ ਚੁੱਕ ਖਲੋ ਜਾਂਦੇ ਜੋੜੇ ਖਾਨੇ 'ਚ, ਕਹਿੰਦੇ ਆਹ ਵਾਰ ਤੈਨੂੰ ਦੱਸਦੇ ਤੂੰ ਸ਼ਰਾਬ ਦਾ ਨੁਸਖਾ ਕਿਉਂ ਦੱਸਿਆ? ਤੇ ਹੁਣ ਭਰਾਵੋ ਸਾਨੂੰ ਤੇ ਗੱਲ ਸਾਰੀ ਦੱਸਣੀ ਪੈਂਦੀ ਹੈ, ਪਾਜ਼ਿਟਿਵ ਵੀ ਦੱਸਣੀ ਪੈਂਦੀ ਹੈ, ਨੈਗੇਟਿਵ ਵੀ ਦੱਸਣੀ ਪੈਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਜਾਦੂਆਂ 'ਤੇ ਵਿਸ਼ਵਾਸ ਕਰਦੇ ਹਾਂ, ਸਾਡਾ ਵਿਸ਼ਵਾਸ ਵਾਹਿਗੁਰੂ ਮੰਤਰ 'ਤੇ ਹੋਣਾ ਚਾਹੀਦਾ, ਰੱਖੋ ਸਤਨਾਮ। ਪਰ ਐਸੀ ਵਿੱਦਿਆ ਸੀ, ਐਸੇ ਜਾਦੂ ਸੀ ਕਿ ਉਹਦੇ ਨਾਲ ਹਜ਼ਾਰਾਂ ਮੀਲ ਬੈਠੇ ਬੰਦੇ ਦਾ ਕਾਲਜਾ ਕੱਢ ਲੈਣਾ, ਉਹਨੂੰ ਪਾਗਲ ਕਰ ਦੇਣਾ, ਅੰਨਿਆ ਕਰ ਦੇਣਾ, ਰੋਗੀ ਕਰ ਦੇਣਾ, ਏਦਾਂ ਦੀ ਵਿੱਦਿਆ ਸੀ। ਉਹ ਹੁਣ ਆ ਕੇ ਦਰਿਆ ਦੇ ਕੰਢੇ 'ਤੇ ਜਾਦੂਗਰ ਖਲੋ ਗਏ ਨੇ, ਉਹ ਲੱਗੇ ਆ ਹੁਣ ਆਪਣਾ ਜਾਦੂ ਦਿਖਾਉਣ। ਹਾਂਜੀ, ਉਹਨਾਂ ਨੇ ਆ ਕੇ ਬੱਕਰੇ ਦੀ ਬਲੀ ਦਿੱਤੀ, ਜਾਨਵਰਾਂ ਦੀ ਬਲੀ ਦਿੱਤੀ, ਉੱਥੇ ਮੰਤਰ ਪੜ੍ਹੇ, ਉਹ ਮੰਤਰ ਖੂਹ ਲੈਂਦੇ ਨੇ, ਉਹਨਾਂ ਦੀ ਸ਼ਕਤੀਆਂ ਕੰਮ ਕਰਦੀਆਂ ਨੇ। ਉਹਨਾਂ ਨੇ ਐਸੇ ਐਸੇ ਪੁੱਠੇ ਸਿੱਧੇ ਮੰਤਰ ਕਾਲੇ ਇਲਮ ਦੇ ਪੜ੍ਹੇ ਹਨ, ਬਸ ਕੁਝ ਮਿੰਟਾਂ ਘੜੀਆਂ ਵਿੱਚ ਦਰਿਆ ਪਾਸੇ ਪਲਟਣ ਲੱਗ ਪਿਆ, ਦਰਿਆ ਉੱਛਣ ਲੱਗ ਪਿਆ, ਮੰਤਰ ਦੇ ਪ੍ਰਭਾਵ ਨਾਲ ਉਹ ਪਾਸਾ ਮੋੜ ਕੇ ਉਸ ਪਾਸੇ ਧੋ ਗਿਆ ਜਿੱਧਰ ਬਾਦਸ਼ਾਹ ਰਾਜੇ ਬਿਸ਼ਨ ਸਿੰਘ ਦੀਆਂ ਫੌਜਾਂ ਦਾ ਕੈਂਪ ਲੱਗਾ ਹੋਇਆ ਸੀ। ਉਹ ਬੜੇ ਵੇਗ ਦੇ ਨਾਲ ਦਰਿਆ ਉਲਟਿਆ ਕਹਿੰਦੇ, ਬੜੇ ਤੁਰਕ ਜਿਹੜੇ ਸੀ ਨਾ ਜਿਹੜੇ ਬੈਠੇ ਸੀ, ਕਹਿੰਦੇ ਲਓ ਇੱਥੇ ਕਿਹੜਾ ਪਾਣੀ ਆ ਚੱਲਿਆ, ਗੁਰੂ ਨੂੰ ਕੀ ਪਤਾ ਹੈ, ਗੁਰੂ ਨੂੰ ਕਿਹੜਾ ਸੁਪਨਾ ਆਇਆ, ਇੱਥੇ ਕੁਝ ਹੋ ਜਾਏਗਾ। ਹੁਣ ਜਦੋਂ ਗੁਟਕੀਆਂ ਖਾਣ ਲੱਗ ਪਏ ਨਾ, ਪਾਣੀ 'ਚ ਡੁਬਕੀਆਂ ਖਾਂਦੇ ਆ, ਗੋਤੇ ਖਾਂਦੇ ਆ, ਹੁਣ ਯਾਦ ਆਇਆ ਵੀ ਗੁਰੂ ਸੱਚਾ ਸੀ, ਆਖੋ ਸਤਨਾਮ। ਹੁਣ ਯਾਦ ਆਇਆ, ਹੁਣ ਪਛਤਾਉਂਦੇ ਆ। ਹਾਂਜੀ, ਕਈ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ, ਇਹ ਨਹੀਂ ਥੋੜੇ ਬੋਲੇ, ਹਜ਼ਾਰਾਂ ਦੀ ਤਾਦਾਦ 'ਚ ਡੁੱਬ ਕੇ ਹੀ ਮਾਰੇ ਗਏ। ਤੇ ਕਈ ਤਰ ਤੁਰ ਕੇ ਕਰੋ ਉੱਚੀ ਥਾਵਾਂ 'ਤੇ ਜਿੱਧਰ ਮਹਾਰਾਜ ਨੇ ਛਾਉਣੀ ਪਵਾਈ ਸੀ ਨਾ,
उधर नू भजे हो ते वो हिंदू कहते हूं क्यों आए हो तो पहला गुरु साहब कहते सी आ जाओ ते तुसी उधर भजन नहीं मनिया। हां जी जग का समान बहुत रुड़ गया तोपा रुड़ गई घोड़े कई मर गए कई घोड़े बचे बचे बेचारे उ खुले ही नहीं जे खुल जाने तो जानवर तैर तुर के निकल जाते हैं जे रस्से बजे रह जाने पानी हड़ आ जाए बेचारे कितने जाने इदा बहुत सारे जानवर मर गए बहुते बंदे मर गए तंबू रुड़ गए कोई भांडा टीडा कोई बिस्तरा नहीं बचिया कहने रौला पै गया बहुत चीका बजदियां डुबदे बचालो मर गए डुबदे इदा रुड़ते जाते पानी च गोते खाते तुरक कोई अपने भाई नू आवाज मारदा ना लैके कोई कि खलोता अपने पुत्र नू वेखदा मेरा काका मेरा पुत्र कई प्यो भी पहुंच होंगे पुत्र भी होंगे कई भरा पहुंच होंगे कई मामे चाचे ताए होंगे वो अपने नाल दे बाजा मारदे कई घोड़िया तू काठियां नाहियां रखिया सी ओ रुड़ गईया ना ढाला लभदियां ना तलवारां लभदियां हुण शस्त्रां वस्त्रां दी खबर नहीं रही कोई कहदे कोई कोई बचिया बहुते रुड़ गए हाहाकार मच गई फौजां दे विच बड़ा भारी डर जिहड़ा सी ना हुण फौजां च बह गया सहम हो गया भी हुण नहीं बचदे राजा बिशन सिंह सुन के बड़ा घबराया उठिया फिर फौज की हालत वेखण लई रात नू भज के गुरु साहब दे चरणा जा गया गुरु तेग बहादुर साहब दे पैर फड़ लिया के बिशन सिंह ने बड़ा घबराया होया बिशन सिंह त्राहे मान करदा आ गया महाराज फौज ते सारी मेरी गई महाराज बचा लो कृपा कर दियो सतगुरु कहन लगे राजा असि तां पहला खबर करती सी असि तां शाम नूं दसदा सी उठ जाओ इत्थे ना बैठो जिन्हां ने वचन मन्निया आराम नाल सुते ने तंबूआं दे विच इन्हां ने नहीं मन्निया हुण की करिए असि। हां जी मारे कहते की लोड सी थले नीवी थां ते बहण दी जदों आख्या सी वी पाणी दे उन्हां ने जादू टूणे नाल अज पुट्ठा करना दरिया ते साडा वचन सुन के तुसीं फिर विसले क्यों रहे हो। हां जी उच्ची थां ते पानी चढ़ना नहीं सी असीं तां उच्ची थां ते छौणी पवाई इहनां दी असीं उहनां दा जादू टूणा निष्फल करना चाहुंदे सी पर तेरियां फौजां दी मूर्ख मती ने उहनां दा जादू चलण दित्ता है। कोई गल नहीं इन्ना ही होगा बस आखो इन्ना ही कहता बस हुण रोक दिंदे हां इन्ना मूंह तों निकलण दी देर सी दरिया फिर पिछे हो गया। हां जी ਕਹਿਣ ਲੱਗੇ ਜਿਹੜੇ ਰੁੜ ਗਏ ਹੁਣ ਨਹੀਂ ਰੁੜਦੇ ਸਤਿਗੁਰੂ ਪਾਤਸ਼ਾਹ ਦੱਸਣਾ ਚਾਹੁੰਦੇ ਸੀ ਇਹਨਾਂ ਨੂੰ ਵੀ ਬਚਨ ਕਮਾਲੋ ਬਚਨ ਆਖੋ ਸ੍ਰੀ ਵਾਹਿਗੁਰੂ ਇੱਥੇ ਹਿੰਦੂ ਮੁਸਲਮਾਨ ਦਾ ਸਵਾਲ ਨਾ ਕਰੋ ਇਸ ਗੁਰੂ ਸਾਹਿਬ ਦਾ ਸਾਂਝਾ ਹੈ ਇਹਦੀ ਗੱਲ ਮੰਨ ਲਓ ਇਹ ਸਭ ਦਾ ਭਲਾ ਕਰੇਗਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਜਿਹਨੇ ਰੁੜ ਗਏ ਹੁਣ ਨਹੀਂ ਰੁੜਨ ਦਿੰਦੇ। ਹਾਂਜੀ ਇੱਧਰ ਸਤਿਗੁਰੂ ਜੀ ਨੇ ਬਸ ਕੀਤੀ बस हूं नहीं रुड़ते इधर बचन निकलिया उधर दरिया पिछे होना शुरू हो गया। हां जिम्मे दरिया पहला वग रहा से अपनी थां ते फिर अपनी चाले चलन लगा ते साध संगत जी जिवें किवें सवेर होई है सारे अफसर डर गए हुण ਵੱਡੇ ਵੱਡੇ ਜਰਨਲ ਕਰਨਲ ਰਾਜਾ ਬਿਸ਼ਨ ਸਿੰਘ ਕੋਲ ਇਕੱਠੇ ਹੋਏ ਰਾਤ ਦੀ ਸਾਰੀ ਕਹਾਣੀ ਦੱਸੀ ਕਹਿਣ ਲੱਗੇ ਰਾਜਾ ਜੀ ਕਾਮਰੂ ਦੇਸ਼ ਆਪਣੇ ਕੋਲ ਫਤਿਹ ਨਹੀਂ ਹੋ ਸਕਦਾ ਆਪਾਂ ਇਹਨੂੰ ਕਿਵੇਂ ਫਤਿਹ ਕਰ ਸਕਦੇ ਹਾਂ ਪਹਿਲਾ ਇਤਿਹਾਸ ਵੀ ਇਹੀ ਹੈ ਵੀ ਰਾਜਾ ਮਾਨ ਸਿੰਘ ਤੁਹਾਡਾ ਦਾਦਾ ਇੱਥੇ ਮਾਰਿਆ ਗਿਆ ਸੀ ਤੇ ਹੁਣ ਵੀ ਆਪਾਂ ਇੱਥੋਂ ਜਿੱਤ ਕੇ ਨਹੀਂ ਜਾ ਸਕਦੇ।
ਇਹਨਾਂ ਕੋਲ ਦਰਿਆ ਪਲਟਣ ਦੀਆਂ ਤਾਕਤਾਂ ਨੇ, ਇਹਨਾਂ ਕੋਲ ਜਿਹੜੇ ਮੰਤਰ ਜੰਤਰ ਨੇ, ਇਹਨਾਂ ਬਰਬਾਦੀ ਕਰ ਦੇਣਗੇ, ਸਾਡਾ ਕੁਛ ਨੀ ਛੱਡਣਗੇ। ਇਹ ਰਾਜਾ ਜੀ ਹਥਿਆਰਾਂ ਦੀ ਲੜਾਈ ਨੀ ਇੱਥੇ, ਇੱਥੇ ਜਾਦੂ ਦੀ ਲੜਾਈ ਹੈ। ਜਾਦੂ ਦੀ ਲੜਾਈ ਸਾਨੂੰ ਆਉਂਦੀ ਨੀ, ਇਹਨਾਂ ਕੋਲ ਬੜੇ ਬੜੇ ਵੱਡੇ ਜਾਦੂ ਟੂਣੇ ਨੇ। ਜੇ ਹਥਿਆਰਾਂ ਦੀ ਲੜਾਈ ਹੋਈ ਅਸੀਂ ਲੜ ਲਈਏ, ਅਸੀਂ ਫੌਜੀ ਜਰਨੈਲ ਆ, ਜੰਗੀ ਜਰਨੈਲ ਆ, ਅਸੀਂ ਬੜੇ ਬੜੇ ਜੰਗ ਜਿੱਤੇ ਨੇ, ਪਰ ਇਹ ਜੰਗ ਸਾਥੋਂ ਨੀ ਜਿੱਤਿਆ ਜਾਣਾ। ਹਾਂ, ਕਿੱਥੇ ਕਰੀਏ, ਕਿੱਥੇ ਜਾਈਏ ਫੌਜਾਂ ਲੈ ਕੇ? ਰਾਜਾ ਬਿਸ਼ਨ ਸਿੰਘ ਕਹਿੰਦਾ ਆਪਾਂ ਚੱਲਦੇ ਹਾਂ, ਤੁਹਾਨੂੰ ਦੱਸਣੇ ਕਿੱਥੇ ਚੱਲਣਾ, ਇਕੱਠੇ ਕਰਦੇ ਸਾਰੇ ਅਫਸਰ ਜਿੱਥੇ ਸਤਿਗੁਰੂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣਾ ਉੱਚੀ ਥਾਂ ਤੇ ਦਮਦਮਾ ਬਣਾ ਕੇ ਬੈਠੇ ਸੀ। ਰਾਜਾ ਬਿਸ਼ਨ ਸਿੰਘ ਸਾਰੇ ਹਿੰਦੂ ਤੇ ਮੁਸਲਮਾਨ ਅਫਸਰਾਂ ਨੂੰ ਲੈ ਕੇ ਉੱਥੇ ਆ ਗਿਆ। ਕਹਿੰਦੇ ਮਨ ਸਾਰਿਆਂ ਦਾ ਡੋਲਿਆ, ਚਿਹਰੇ ਦਾ ਰੰਗ ਉੱਡਿਆ ਹੋਇਆ, ਬੜੀ ਭਾਰੀ ਚਿੰਤਾ, ਦਿਲ ਵਿੱਚ ਧੀਰਜ ਕੋਈ ਨੀ ਕਿਸੇ ਦੇ। ਆਪਸ ਵਿੱਚ ਗੱਲਾਂ ਕਰਦੇ ਆ, ਕੀ ਕਰੀਏ, ਕਿਹੜੀ ਸਲਾਹ ਕਰੀਏ, ਪਿੱਛੇ ਮੁੜਨ ਜੋਗੇ ਵੀ ਨਹੀਂ, ਜੇ ਪਿੱਛੇ ਮੁੜਾਂਗੇ ਔਰੰਗਜ਼ੇਬ ਦੁਖੀ ਮੂੰਹ ਦਿਖਾਵਾਂਗੇ ਬਾਦਸ਼ਾਹ ਨੂੰ, ਤੇ ਜੇ ਇੱਥੇ ਰਵੇਗੇ ਤੇ ਆਪਾਂ ਜਿੱਤ ਨੀ ਸਕਦੇ, ਮਾਰੇ ਜਾਵਾਂਗੇ। ਸਾਰੇ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਚਰਨਾਂ ਚ ਬੈਠ ਗਏ। ਤੇ ਰਾਤ ਦਾ ਸਾਰਾ ਪ੍ਰਸੰਗ ਜਿਹੜਾ ਸੀ ਨਾ, ਰਾਜੇ ਬਿਸ਼ਨ ਸਿੰਘ ਨੇ ਗੁਰੂ ਸਾਹਿਬ ਨੂੰ ਸਾਰੇ ਅਫਸਰਾਂ ਨੇ ਆਪਣੇ ਆਪਣੀ ਬੀਤੀ ਸੁਣਾਈ। ਕੋਈ ਵੀਰ ਪਰਾਂ ਸੀ, ਕੋਈ ਦੋ ਵੀਰ ਪਰਾਂ ਸੀ, ਕੋਈ ਚਾਰ ਵੀਰ ਪਰਾਂ ਸੀ। ਫੌਜ ਦਾ ਕੈਂਪ ਛੋਟਾ ਨਹੀਂ ਹੁੰਦਾ, ਫੌਜ ਲੱਖਾਂ ਦੇ ਹਿਸਾਬ ਨਾਲ ਉੱਥੇ ਗਈ ਸੀ, ਤੇ ਉਹ ਇੱਕ ਦੋ ਵੀਰ ਥੋੜਾ ਆਈ ਸੀ, ਘੋੜੇ ਸੀ, ਹਾਥੀ ਸੀ, ਦੂਰ ਦੂਰ ਤੱਕ ਫੌਜਾਂ ਮੋਰਚੇ, ਉੱਥੋਂ ਤੱਕ ਪਾਣੀ ਦੀ ਮਾਰ ਹੋਈ ਸੀ। ਉਹ ਸਾਰੇ ਉਹਨਾਂ ਨੇ ਆਪਣੀ ਆਪਣੀ ਹੱਡ ਬੀਤੀ, ਮੇਰੇ ਕੈਂਪ 'ਚ ਇੱਦਾਂ ਹੋਇਆ, ਮੇਰੀ ਮਿਸਲ 'ਚ ਇੱਦਾਂ ਹੋਇਆ, ਮੇਰੀ ਮਿਸਲ 'ਚ ਇੰਨੇ ਬੰਦੇ ਮਰੇ ਆ, ਮੇਰੇ ਇੰਨੇ ਘੋੜੇ ਮਰ ਗਏ ਆ, ਉਹ ਸਾਰੀ ਆਪਣੀ ਰਾਮ ਕਹਾਣੀ ਉਹਨਾਂ ਨੇ ਸੁਣਾਈ ਹੈ। ਹਾਂਜੀ, ਤੇ ਸਾਰੇ ਅਫਸਰ ਇੱਕ ਜਵਾਨ ਹੋ ਕੇ ਰਾਜਾ ਬਿਸ਼ਨ ਸਿੰਘ ਸਮੇਤ ਗੁਰੂ ਸਾਹਿਬ ਨੂੰ ਪੁੱਛਦੇ, ਮਹਾਰਾਜ ਇਹਨਾਂ ਨੂੰ ਅਸੀਂ ਕਿਵੇਂ ਜਿੱਤ ਸਕਦੇ ਹਾਂ, ਇਹ ਜਾਦੂਗਰ ਬਹੁਤ ਜ਼ਿਆਦਾ ਖਤਰਨਾਕ ਜਾਦੂ ਟੂਣਾ ਜਾਣਦੇ ਨੇ, ਇਹਨਾਂ ਉੱਤੇ ਸਾਡਾ ਕੋਈ ਵੱਸ ਨਹੀਂ ਚੱਲਦਾ, ਕੋਈ ਜਾਦੂ ਟੂਣਾ ਨਹੀਂ, ਕੋਈ ਸਾਡਾ ਕੋਈ ਸ਼ਸਤਰ ਨਹੀਂ, ਕੋਈ ਤੋਪਖਾਨਾ ਨਹੀਂ ਕੰਮ ਕਰ ਸਕਦਾ ਇਹਨਾਂ ਦੇ ਜਾਦੂ ਅੱਗੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੇ ਮੰਤਰੀਆਂ ਦੀ, ਸੈਨਾਪਤੀਆਂ ਦੀ, ਅਫਸਰਾਂ ਦੀ ਗੱਲ ਸੁਣ ਕੇ ਬੋਲੇ, ਮਹਾਰਾਜ ਕਹਿੰਦੇ ਰਾਜਾ ਬਿਸ਼ਨ ਸਿੰਘ ਅਸੀਂ ਤੇਰਾ ਕੰਮ ਕਰਨੇ ਆ, ਇੱਥੇ ਅਸੀਂ ਆਉਣਾ ਸੀ ਕਿ ਨਹੀਂ ਆਉਣਾ ਸੀ, ਤੇਰੀ ਬੇਨਤੀ ਮੰਨ ਕੇ ਆਏ, ਤੇਰੀ ਬਾਂਹ ਫੜੀ ਆ ਅਸੀਂ, ਤੇਰਾ ਕੰਮ ਸਵਾਰਨ ਆਏ ਆ ਅਸੀਂ। ਹਾਂਜੀ, ਹੁਣ ਆਪਣਾ ਇਰਾਦਾ ਪੱਕਾ ਰੱਖ, ਹੁਣ ਡੋਲ ਨਾ, ਹੁਣ ਗਿਣਤੀ ਵਿਣਤੀ ਨਾ ਕਰ, ਸੋਚਾ ਜਨਾ ਪੈ, ਬਸ ਇੱਕ ਕੰਮ ਕਰ, ਸਾਡਾ ਵਚਨ ਨਾ ਮਨ ਤੋੜਿਆ ਕਰ। ਇਹ ਜਿੰਨੇ ਤੇਰੇ ਅਫਸਰ ਨੇ ਨਾ, ਉਹ ਮੁਸਲਮਾਨ ਅਫਸਰ ਵਿੱਚ ਹੀ ਖੜੇ ਸੀ, ਜਿਹਨਾਂ ਨੇ ਰਾਤ ਕਹਿਣਾ ਨਹੀਂ ਸੀ ਮੰਨਿਆ, ਜਿਹਨਾਂ ਨੇ ਮੰਨਿਆ ਸੀ ਉਹ ਆਰਾਮ ਨਾਲ ਖੜੇ ਸੀ, ਜਿਹਨਾਂ ਨੇ ਨਹੀਂ ਸੀ ਮੰਨਿਆ ਉਹ ਆਪਣਾ ਨੁਕਸਾਨ ਖੜਾ ਕਰਾ ਕੇ ਖੜੇ ਸੀ, ਪਾਣੀ 'ਚ ਭਿੱਜੇ ਹੋਏ। ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਕਹਿ ਦਿਆ ਵੀ ਅਸੀਂ ਹਿੰਦੂ ਮੁਸਲਮਾਨ ਦੇ ਝਗੜੇ ਤੋਂ ਉੱਤੇ ਹਾਂ, ਆਖੋ ਸਤਨਾਮ, ਜਦ ਤੇ ਛੂਟ ਗਏ ਪਰਮ ਪੁਰਖਾ ਤੇ ਆਕੇ ਹਿੰਦੂ ਕਿਆ ਤੂੰ ਕਰ। ਦਸਮ ਪਾਤਸ਼ਾਹ ਦੀ ਬਾਣੀ 'ਚ ਪਾਵਨ ਪੰਕਤੀ ਆਉਂਦੀ, ਜਿਹਦੇ ਮਨ ਚੋਂ ਭਰਮ ਦਾ ਪਰਦਾ ਖਤਮ ਹੋ ਗਿਆ ਨਾ, ਉਹਦੇ ਅੱਗੇ ਹਿੰਦੂ ਮੁਸਲਮਾਨ ਨਹੀਂ ਰਹਿ ਜਾਂਦਾ, ਉਹ ਹਰ ਇੱਕ ਪ੍ਰਾਣੀ ਤੇ ਉਹਦੀ ਜੋਤ ਵੇਖਦਾ। ਜਦ ਤੇ ਛੂਟ ਗਏ ਭਰਮ ਪੁਰਖਾ ਤੇ ਆਕੇ ਹਿੰਦੂ ਕਿਆ ਤੁਰਕਾ। ਇਹਦਾ ਹੱਦਾਂ ਜਿਹੜੀਆਂ ਨੇ ਅਗਿਆਨਤਾ ਕਰਕੇ ਨਜ਼ਰ ਆਉਂਦੀਆਂ ਨੇ ਵੀ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬ੍ਰਾਹਮਣ ਹੈ, ਜੱਟ ਹੈ, ਨਾਈ ਹੈ। ਜਿੱਥੇ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਹੁੰਦੇ ਨੇ ਉੱਥੇ ਸਭ ਇੱਕੋ ਹੀ ਰੂਪ ਹੋ ਜਾਂਦਾ, ਆਖੋ ਸਤਨਾਮ। ਮਹਾਰਾਜ ਕਹਿੰਦੇ ਸਾਡੀ ਨਿਗਾਹ ਵਿੱਚ ਕੋਈ ਵੱਡਾ ਛੋਟਾ, ਆਪਣਾ ਬਗਾਨਾ, ਵੈਰੀ ਮਿੱਤਰ ਨਹੀਂ ਹੈ, ਪਰ ਜੇ ਸਾਡਾ ਵਚਨ ਮੰਨੋਗੇ ਤੇ ਸੁਖੀ ਰਹੋਗੇ, ਤੇ ਜੇ ਆਪਣੀ ਮਨ ਮਤ ਕਰਨੀ ਹੈ ਤਾਂ ਫਿਰ ਤੁਸੀਂ ਜਾਣੋ। ਹਾਂਜੀ, ਸਾਡਾ ਕਿਹਾ ਮੰਨੀ ਚੱਲੋ, ਸਾਡੇ ਕਹੇ ਤੇ ਚੱਲੀ ਚੱਲੋ, ਸੰਸਾ ਨਾ ਕਰੋ, ਜਿਵੇਂ ਅਸੀਂ ਕਹਿੰਦੇ ਹਾਂ ਨਾ ਉਵੇਂ ਕਰੀ ਚੱਲੋ, ਤੁਹਾਡੀ ਜਿੱਤ ਹੋਵੇਗੀ। ਹਾਂਜੀ, ਰਾਜਾ ਬਿਸ਼ਨ ਸਿੰਘ ਅਸੀਂ ਤੇਰਾ ਕੰਮ ਸਿਰ
सिद्ध करने की जिम्मेवारी नहीं, असी तेरा काम तेरा मोर्चा फतेह करा के तेरे सेरा बन के ले जाना तेन जित दा। पर गल इतनी है मित्रा भी तेन कहना मनना पे वचन मनना पे। मेरे भरोसे तू फौजा लैके आया आ सारे अफसर जिन्हिया जाना मेरे भरोसे से आई हैं ते मेरी जिम्मेवारी है भी मैं थोड़िया जाना सही सलामत लैके जाऊँ थोड़ी कोई जान ना जाए एक एक जान कीमती है मैं कोई बंदा नहीं मर देना सतगुरु कहते। इस देश में जादू टूना बहुत है साढ़े पहले पातशाह भी इतने आए थी गुरु नानक देव जी उन्होंने भी इन्होंने समत दिखती सी पर लोग जादू टूणिया तो डरन वाले नहीं इन्हों को बड़े बड़े जादू टूने बड़े बड़े मंत्र जंत्र है तो इन्होंने नाल हम असं आप ही बजिखा पर तुसी तो साडा कहना मनो। हाँ जी जे साडा कहना मनोगे फिर बिघन नहीं पाएगा जे अपनी मर्जी करोगे फिर अपनी मर्जी करने वाला तो हर जगह तो मार खांदा। हाँ जी कहते जे कामरू देश फतेह करना जे तू जित लैके जानी है अपने पातशाह वांग जे उन्हूं जितदा जाके सिरा विखाणा तो फिर साडा कहना मन ते जे तू नहीं कहना मनना फिर ते तू जान ते तेरा काम जाने फिर नहीं कुछ बनना। हाँ जी इस तरह कह के हौसला दिता भी साडा वचन मनो जे तसी दवावांगे लड़ाई भी नहीं कर देंगे उदा ही फतेह कर देंगे मोर्चा। राजा गुरु साहब के बचना से विश्वास करता ठीक है महाराज तुम तो मैं दसिया जिन्होंने वचन मान लिया वह बच गए जिन्होंने वचन नहीं मनिया वह अपनी कीती का फल पा बैठे। सो साध संगत जी इस प्रकार उस देश में महाराज गुरु तेग बहादुर साहब जी गए हैं उधरों जोड़े कामरूप देश के लोग ने जादू वो बार बार हमले करी जाने हम उन्होंने राजे के उत्ते बहुत जादू टूने छे बहुत हथियार छे मेरा ख्याल है भी कोई 50 टन भारा पत्थर है वो जोड़ा उन्होंने सुटिया वो गड्या होया हूँ इस तरह तिरछा आ गया पहले पास दरिया छुटिया जादूगर जी ने गुरु तेग बहादुर साहब से पीना भी खत्म कर दीए राजा भी खत्म हो जाएगा सारा कुछ वो पत्थर की सिला आई सीधी इस तरह टेढ़ी हुई जिमें कोई बंब जाके डिगदा ना जा कोई जहाज इदा उपरों आके डिगदा जमीन धस जाता अगले पास वो टेढ़ा ही दसिया हुआ तो जमीन के पता नहीं किन्ना पर उपर लगभग 20 फुट वह उचाई है तो कुछ 5-6 बंदे इदा उन्होंने इदा ग्रहण का हाथ में आता वड्डा सारा पत्थर है गुरुद्वारा साहब के बिल्कुल एक सैड के उत्ते कटिया चौस बड़ी भारी सिल है वो बहुत वड्डी पत्थर की जिहड़ी चट्टान उन्होंने सुटी है। इस तों अलावा होर भी बड़ा कुछ उन्होंने किया पर गुरु सच्चे पातशाह का वाल विंगा नहीं होया तो राजे बिशन सिंह का वाल विंगा नहीं होया अखीर इन्हों की गुरु साहब सुलह कराएंगे वो कथा अगे आएगी। सो कल का दीवान जिहड़ा है वह महापुरशां की याद में आप बाबा प्रेम सिंह जी बुलाए हैं जिन्होंने साध संगत जी आप जपया तो संगत जपाया बेअंत संगत गुरु नानक साहब के जाल से चढ़ाया पहला धन भाई मखण शाह जी बाबा मखण शाह जिन्होंने सतगुरु तेग बहादुर साहब प्रगट किया कथा पिछे जी लगभग 2 हफ्ते चली सी इतिहास की नैट के उत्ते फेसबुक से संगत सुन सकती ने वो सारा प्रसंग बाबा जी ने किए गुरु बहादुर है गुरु बहादुर का डंडोरा दे के गुरु तेग बहादुर साहब को प्रगट किया उस बरादरी बाबे मखण शाह के परिवार बाबा प्रेम सिंह जी होने फिर गुरु साहब के चरणों हजारा लखन दाज अमृत छका के जोड़े क्यों क्योंकि समय समय अनुसार समाज के साथ समय जी जो कोई प्रचार ना हो कीर्तन कथा ना हो दीवान ना सजाइए कोई जोड़ मेला ना करिए ढेला आ जाती आप ही देख ली आप कथा सुनीए कीर्तन सुनीए गुरुद्वारे आईए तो नवे ताजे हो जाने तो जे आप छड़ दईए 2-4 महीने बाद चले जाइए मनमत्तियां की संगत च जैसी संगत वैसी रंगत हो जाती फिर गुरु साहब कोई महापुरश साधु भेज देंगे कोई नाम जपन वाला
वो फेर जोड़ देता है। सो ऐसे परोपकारी बाबा जी महापुरुष बाबा प्रेम सिंह जी जान पर उपकारी आए, जान पर उपकारी आए, पर उपकारी आए, जान पर उपकारी आए, जान पर उपकारी आए, जान पर उपकारी आए, पर उपकारी आए, जान पर उपकारी आए। जन्म मरण तो हूँ मैं नाही, जन्म मरण तो हूँ मैं नाही, हर सिंह